ਸਾਡਾ ਸੈੱਟ ਘੰਟਾ ਚੱਲਦਾ, 2 ਘੰਟੇ ਚੱਲਦਾ, 3 ਘੰਟੇ ਚੱਲਦਾ, ਗਰਮ ਹੋ ਜਾਂਦਾ ਤੇ ਕੱਟ ਮਾਰਨ ਲੱਗ ਜਾਂਦਾ। ਆਪਣਾ ਸੈੱਟ ਤੁਸੀਂ 1 ਮਹੀਨਾ ਬਣਾ ਸੁੱਚ ਬੰਦ ਕਰੇ ਤੋਂ ਚਲਾ ਸਕਦੇ। ਅਸੀਂ ਨਟ, ਤਾਬਲਾ, ਸੁੱਚ, A2Z ਕਾਵਰ ਸਾਰੇ ਅਸੈਸਰੀਜ ਅਸੀਂ ਖੁਦ ਤਿਆਰ ਕਰਵਾਉਂਦੇ। ਕਈ ਵਾਰੀ ਟਰੈਕਟਰ ਦਾ ਹਿਸਾਬ ਕਿਤਾਬ ਦੇਖਣਾ ਪੈਂਦਾ ਵੀ ਵੱਡੇ ਬਕਸੇ ਨਹੀਂ ਲੱਗਦੇ ਜੀ, ਛੋਟੇ ਹੀ ਲੱਗਦੇ ਆ। ਅਲੱਗ ਨਾ ਛੋਟੇ ਦੇ ਵਿੱਚ ਹੀ ਬੇਸ ਬਣਾ ਕੇ ਦੇ, ਸਾਡੇ ਕੋਲ ਉਹ ਵੀ ਹੈਗਾ ਵੀ ਅਸੀਂ ਛੋਟੇ ਦੇ ਵਿੱਚ ਵੀ ਬੇਸ ਬਣਾ ਕੇ ਆਲੂ ਛੋਟੇ ਨੂੰ 1 ਕਿਲੋਮੀਟਰ ਦੂਰ ਦੇ ਉੱਤੇ ਆਪਣੇ ਸੈੱਟ ਦੀ ਆ ਬੇਸ ਤੇ ਬਾਸ ਹੋ ਸਕਦਾ। ਜੇ ਜਿਹੜੀਆਂ ਨਾ ਤਾਰਾਂ ਨੇ ਮੰਨ ਕੇ ਚੱਲੋ, ਆਹ ਤਾਰਾਂ ਜੇ ਤੁਸੀਂ ਨੈਗੇਟਿਵ ਪੈਵਟ ਪੁੱਠੀਆਂ ਲਾਓਗੇ ਜਾਂ ਆਹ ਸਪੀਕਰਾਂ ਤੇ ਲਾਓਗੇ, ਡੈਕ ਦਾ ਧੂੰਆਂ ਨਿਕਲ ਜਾਂਦਾ ਸੀ। ਠੀਕ ਹੈ, ਤੁਸੀਂ ਆਪਣੇ ਸੈੱਟ ਦੀਆਂ ਜਿਵੇਂ ਮਰਜ਼ੀ ਲਾਓ ਵੀ, ਜੇ ਬਕਸਾ ਟੁੱਟ ਗਿਆ, ਪੇਟੀ ਟੁੱਟ ਗਈ, ਅਸੀਂ ਤੁਹਾਨੂੰ ਫਰੀ ਬਦਲ ਕੇ ਦੇਵਾਂਗੇ, ਐਕਸੀਡੈਂਟ ਨਾ ਹੋਇਆ। ਇਹਦੇ ਵਿੱਚ ਆਹ ਸਾਬੂਫਰ ਨੇ ਜੀ, ਇਹ ਵਾਟਰਪਰੂਫ ਨੇ, ਬੇਸਿਕ ਪਾਈਪ ਨਾਲ ਨਵਾਈ ਚੱਲੋ ਜੀ। ਸਟਾਰਟਿੰਗ ਤਾਂ ਬਾਈ ਅਸੀਂ ਨਾ ਇਹ 5000 ਤੋਂ ਸੈੱਟ ਤੋਂ ਸਟਾਰਟਿੰਗ ਹੋ ਜਾਂਦੀ ਹੈ 8 ਇੰਚ ਦੀ। ਠੀਕ ਹੈ ਜੀ, ਤੇ ਐਂਡ ਤਾਂ ਕੋਈ ਹੈ ਨਹੀਂਗਾ। ਠੀਕ ਹੈ, ਬੇਸਿਕ 50000 ਤੱਕ ਲਵਾਲੇ ਵਾਲਾ, ਬੇਸਿਕ 5 ਲੱਖ ਰੁਪਏ ਤੱਕ ਲਵਾਲੇ। ਇਹ ਆਪਣੇ ਕੋਲ A2Z ਸਾਰੇ ਟਰੈਕਟਰਾਂ ਦੀਆਂ ਛਤਰੀਆਂ ਮਿਲ ਜਾਂਦੀਆਂ। ਅਸੀਂ ਗੱਲ ਦੋਸਤੋ ਟਰੈਕਟਰ ਦੇ ਸ਼ਕੀਨਾਂ ਲਈ ਨਾ ਇੱਕ ਬਹੁਤ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ, ਮਿਊਜ਼ਿਕ ਸਿਸਟਮ ਜਿਹੜਾ ਟਰੈਕਟਰ ਤੇ ਲੱਗਦਾ। ਸੀਰੇ ਬਾਈ ਕੋਲੇ ਪਹੁੰਚੇ ਆ ਤੇ 15-20 ਸਾਲ ਦਾ ਬਾਈ ਦਾ ਤਜਰਬਾ ਗਾ, ਤੇ ਜਿਹੜਾ ਬਾਈ ਕਹਿੰਦੇ ਨਾ ਇੱਕ ਵਾਰ ਮਿਊਜ਼ਿਕ ਸਿਸਟਮ ਟਰੈਕਟਰ ਤੇ ਲਾ ਦੇ ਤਾਂ ਲਾਈਫ ਟਾਈਮ ਬਸ ਵੀ ਹੁੰਦਾ ਹੀ ਕੁਛ ਨਹੀਂਗਾ। ਤੇ ਅੱਗੇ ਬਾਈ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਬਾਈ ਸੀਰੇ ਆਪਣੀ ਸ਼ਾਪ ਕਿੱਥੇ ਪੈਂਦੀ, ਐਡਰੈਸ ਦੱਸ ਦਿਓ ਪਹਿਲਾਂ। ਬਾਈ ਆਪਣਾ ਬੱਸ ਸਟੈਂਡ ਝਨੀਰ, ਠੀਕ ਹੈ ਜੀ, ਤੇ ਜ਼ਿਲ੍ਹਾ ਮਾਨਸਾ, ਤੇ ਇਹ ਮਾਨਸਾ ਸਰਸਾ ਰੋਡ ਦੇ ਉੱਤੇ ਆਪਣੀ ਦੁਕਾਨ ਹੈ ਜੀ। ਬਾਈ ਪਹਿਲਾਂ ਤਜਰਬਾ ਦੱਸ ਦਿਓ, ਕਿੰਨਾ ਤਜਰਬਾ ਹੋ ਗਿਆ ਇਹਦੇ ਵਿੱਚ ਜੇ ਕਹਿੰਦੇ ਕੰਮ ਕਰਦੇ ਨੂੰ? ਇਸ ਕੰਮ ਦੇ ਵਿੱਚ ਕਰਦੇ ਨੂੰ ਤਾਂ ਬਾਈ ਤਕਰੀਬਨ ਆਏ ਮੰਨ ਕੇ ਚੱਲੋ 15 ਸਾਲ ਹੋ ਗਏ। 15 ਸਾਲ ਹੋ ਗਏ, ਠੀਕ ਹੈ ਬਾਈ ਜੀ। ਹਾਂਜੀ, ਤੇ ਬਾਈ ਹੁਣ ਫਿਰ ਦਰਸ਼ਕਾਂ ਨੂੰ ਆਪਾਂ ਜਾਣਕਾਰੀ ਵੀ ਦੇਵਾਂਗੇ ਤੇ ਕਿਹੜੇ ਕਿਹੜੇ ਪ੍ਰੋਡਕਟ ਆਪਾਂ ਸ਼ੁਰੂ ਕਰੀਏ, ਪਹਿਲਾਂ ਛੋਟੇ ਤੋਂ ਕਰ ਲਈਏ ਸ਼ੁਰੂ। ਹਾਂ, ਛੋਟੇ ਤੋਂ ਕਰ ਲਈਏ। ਆਪਣੇ ਕੋਲੇ ਬਾਈ ਸਭ ਤੋਂ ਛੋਟਾ ਨਾ ਆਹ ਸੈੱਟ ਹੈ, ਇਹ 8 ਇੰਚ ਸੈੱਟ ਹੈਗਾ। ਠੀਕ ਹੈ ਬਾਈ, ਇਹਦੇ ਨਾਲ ਜਿਵੇਂ ਮੰਨ ਕੇ ਚੱਲ ਆਹ ਬਕਸੇ, ਇਹ 10 ਇੰਚ 8 ਇੰਚ ਬਕਸੇ ਇਹਦੇ ਨਾਲ ਲੱਗਦੇ ਨੇ। ਠੀਕ ਹੈ ਜੀ, ਤੇ ਇਹਦੇ ਵਿੱਚ 10 ਇੰਚ 12 ਇੰਚ 2-2 ਸੈੱਟ ਨੇ ਸਾਰੇ। ਠੀਕ ਹੈ, ਜਿਹੜਾ ਮਰਜ਼ੀ ਛੋਟਾ ਵੱਡਾ ਲਾਉਣਾ ਹੋਵੇ। ਹਾਂਜੀ, ਇਹਦੇ ਨਾਲ ਆਇਆ ਵੀ ਆਪਾਂ ਇਹ ਨਹੀਂ ਹੈਗਾ ਵੀ ਸਸਤਾ ਤਿਆਰ ਕਰਿਆ ਜਾਂ ਇੱਕ ਮਹਿੰਗਾ ਤਿਆਰ ਕਰਿਆ, ਸਾਰੀ ਕੁਆਲਿਟੀ ਵਧੀਆ ਤਿਆਰ ਕਰੀ ਆ। ਤੇ ਉਹਦੇ ਵਿੱਚ ਕੀ ਆ ਨਾ, MM ਆ ਜਾਂਦੇ ਨੇ ਵੀ ਜਿਵੇਂ ਆਪਾਂ ਕੋਈ ਕਹਿੰਦਾ ਵੀ ਬੇਸ ਥੋੜੀ ਜ਼ਿਆਦਾ ਚਾਹੀਦੀ ਹੈ। ਠੀਕ ਹੈ, ਵੀ 10 ਇੰਚ, ਹਾਂ ਵੀ 10 ਇੰਚ 'ਚ ਵੀ ਬੇਸ ਜ਼ਿਆਦਾ ਚਾਹੀਦੀ ਹੈ, ਬਕਸੇ ਵੀ ਛੋਟੇ ਲੱਗਣ, ਬੇਸ ਵੀ ਜ਼ਿਆਦਾ ਚਾਹੀਦੀ ਹੈ। ਠੀਕ ਹੈ ਜੀ, ਉਹ ਚੀਜ਼ ਵੀ ਆਪਣੇ ਕੋਲੇ ਹੈਗੀ ਆ ਬਾਈ। ਠੀਕ ਹੈ ਬਾਈ, ਹਾਂਜੀ, ਮਤਲਬ ਜੇ ਉਹ ਟਰੈਕਟਰਾਂ ਦੀ ਰਿਕੁਆਇਰਮੈਂਟ ਹੁੰਦੀ ਉਹਦੇ ਹਿਸਾਬ ਨਾਲ ਸਾਰੇ ਪ੍ਰੋਡਕਟ ਹੈਗੇ ਆ। ਹਾਂਜੀ, ਜਿਵੇਂ ਦਿਲੋਂ ਜੇ ਹੁੰਦਾ ਨਾ ਕਿਸੇ ਨੂੰ ਵੀ ਮੈਨੂੰ ਤਾਂ ਆਹ ਚੀਜ਼ ਐਂ ਚਾਹੀਦੀ ਆ, ਉਵੇਂ ਦੀ ਆਪਣੇ ਕੋਲੇ ਸਾਰਾ ਸਿਸਟਮ ਮਿਲੂਗਾ। ਹਾਂਜੀ, ਹਾਂ, ਕਈ ਵਾਰੀ ਐ ਟਰੈਕਟਰ ਦਾ ਹਿਸਾਬ ਕਿਤਾਬ ਦੇਖਣਾ ਪੈਂਦਾ ਵੀ ਵੱਡੇ ਬਕਸੇ ਨਹੀਂ ਲੱਗਦੇ ਜੀ, ਛੋਟੇ ਹੀ ਲੱਗਦੇ ਆ। ਅਲੱਗ ਨਾ ਛੋਟੇ ਦੇ ਵਿੱਚ ਹੀ ਬੇਸ ਬਣਾ ਕੇ ਦੇ। ਠੀਕ ਹੈ, ਸਾਡੇ ਕੋਲੇ ਉਹ ਵੀ ਹੈਗਾ ਵੀ ਅਸੀਂ ਛੋਟੇ ਦੇ ਵਿੱਚ ਵੀ ਬੇਸ ਬਣਾ ਕੇ ਆਲੂ ਛੋਟੇ ਨੂੰ ਵੀ ਕਹਿੰਦੇ ਗੱਡੀਆਂ ਫੜਕਣ ਲਾ ਦੇਣਾ। ਹਾਂਜੀ, ਹਾਂ, ਠੀਕ ਹੈ ਬਾਈ। ਤੇ ਬਾਈ ਇੱਕ ਚੀਜ਼ ਜੇ ਗੱਲ ਕਰੀਏ, ਸਾਰਾ ਸੈੱਟ ਹੀ ਆਪਾਂ ਲਾ ਕੇ ਦਿੰਨੇ ਆ ਕੰਪਲੀਟ ਜੀ? ਠੀਕ ਹੈ, ਅਸੀਂ ਨਟ, ਤਾਬਲਾ, ਸੁੱਚ, A2Z ਕਾਵਰ ਸਾਰੇ ਅਸੈਸਰੀਜ਼ ਅਸੀਂ ਖੁਦ ਤਿਆਰ ਕਰਵਾਉਣੇ ਜਾਂ ਕਾਵਰ ਹੈ। ਠੀਕ ਹੈ ਜੀ, ਨਿੱਕੀ ਨਿੱਕੀ ਚੀਜ਼ ਤੋਂ ਤੁਸੀਂ ਲਾ ਲਓ ਜੀ। ਜੇ ਆਹ ਕੁੰਡਾ ਵੀ ਹੈ ਨਾ ਜੀ, ਇਹਦੇ ਨਾਲ ਝੂਟ ਲਓ ਜੀ। ਠੀਕ ਹੈ, ਜੇ ਕੁੰਡਾ ਟੁੱਟ ਗਿਆ ਤਾਂ ਆਪਣੇ ਕੋਲੇ ਲੈ ਕੇ ਆਜੋ, ਅਸੀਂ ਕਵਰ ਨਾਮਾ ਚੜਾ ਦਾਂਗੇ। ਆਹ ਲੈਦਰ ਹੈਗੀ ਸਪੈਸ਼ਲ ਆਪਾਂ ਤਿਆਰ ਕਰਵਾਉਣੇ ਆ, ਆਪਣਾ ਮਾਰਕਾ ਲੱਗਿਆ ਹੋਇਆ ਉੱਤੇ। ਠੀਕ ਹੈ, ਐ ਨਹੀਂ ਹੈਗਾ ਵੀ ਇਹ ਵੀ ਰੈਡੀਮੇਡ, ਆਪਾਂ ਰੈਡੀਮੇਡ ਆਪਾਂ ਕੁਝ ਨਹੀਂ ਲੈਂਦਾ। ਹਜੇ ਤੱਕ ਜਿੱਦੇ ਦੇ ਆਪਾਂ ਕੰਮ ਕਰਨਗੇ ਉਦੋਂ ਦੇ ਆਪਾਂ ਖੁਦ ਆਪਾਂ ਇਹ ਨਹੀਂ ਹੈਗਾ ਵੀ ਕੋਈ ਚੀਜ਼ ਦਿੱਲੀ ਤੋਂ ਮੰਗਾ ਲਈ, ਕੋਈ ਲੁਧਿਆਣੇ ਤੋਂ, ਦੁਆ ਜੋੜ ਕੇ ਦੇਤੀ, ਸਾਰੀਆਂ ਚੀਜ਼ਾਂ ਆਪਦੀਆਂ ਇੱਥੇ ਤਿਆਰ ਕਰਦੇ ਹੋ। ਹਾਂਜੀ, ਜਾਂ ਕਿਸ ਤੋਂ ਆਪਾਂ ਤਿਆਰ ਕਰੀ ਕਰਵਾਈ ਲਾ ਕੇ ਟਰੈਕਟਰ ਤੇ ਦੇਤੀ, ਉਹਨੇ ਕਿਵੇਂ ਤਿਆਰ ਕਰੀ, ਕਿਸ ਤਰ੍ਹਾਂ ਦੇ ਟਾਂਕੇ ਲਾਏ ਆ, ਕੀ ਗੱਲਬਾਤ ਹੈ, ਉਹ ਫਿਰ ਉਸ ਸਵਾਦ ਨਹੀਂ ਹੁੰਦਾ ਜੀ ਕੰਮ ਕਰਨ ਦਾ। ਆਪਾਂ ਕੱਲਾ ਟਾਂਕਾ ਪੂਰੀ ਬਰੀਕੀ ਦੇ ਵਿੱਚ ਜਾ ਕੇ ਜਿਹੜੇ ਅਸੀਂ ਬਕਸਿਆਂ ਦੇ ਉੱਤੇ ਕਾਬਲੇ ਲਾਉਣੇ ਆ, ਇਹ ਵੀ ਅਸੀਂ ਨਾ TVS ਦੇ ਰੀਜਨਲ ਕਾਬਲੇ ਲਾਉਣੇ ਆ। ਠੀਕ ਹੈ, ਮੰਨ ਕੇ ਚੱਲੋ, ਕੁਆਲਿਟੀ ਪੱਖੋਂ ਤਾਂ ਕੋਈ ਸ਼ਿਕਾਇਤ ਹੀ ਨਹੀਂ। ਹਾਂਜੀ, ਚੀਜ਼ 'ਚ ਕੋਈ ਉਮੀਦ ਨਹੀਂ, ਕੁਆਲਿਟੀ ਪਿੱਛੋਂ ਤਾਂ ਅਸੀਂ ਕੋਈ ਸਮਝੌਤਾ ਅਜੇ ਤੱਕ ਕਰਿਆ ਨਹੀਂ ਵੀ ਅਸੀਂ ਕਸਟਮਰ ਨਾਲ ਦੇਖ ਲਈ ਵੀ ਆਪਾਂ 2 ਰੁਪਏ ਵੱਧ ਕਮਾ ਲਈਏ ਤੇ ਕੁਆਲਿਟੀ ਥੋੜੀ ਡਾਊਨ ਕਰ ਦਈਏ, ਉਹ ਚੀਜ਼ ਅਸੀਂ ਕਿਤੇ ਕਰੀ ਨਹੀਂ। ਠੀਕ ਹੈ ਬਾਈ, ਤੇ ਬਾਈ
ਅੱਜ ਕੱਲ ਜਿਹੜਾ ਖਾਸ ਚੀਜ਼ ਚੱਲਦੀ ਹੈ ਨਾ, ਹਾਂਜੀ, ਜਦੋਂ ਕਹਿੰਦੇ ਹੁੰਦੇ ਚਾਹੇ ਮੇਲਿਆਂ ਤੇ ਲਾ ਲਈਏ, ਚਾਹੇ ਸੜਕ ਤੇ ਕੋਈ ਟਰਾਲੀ ਭਰੀ ਜਾਂਦਾ ਝੋਨੇ ਕਣਕ ਦੀ, ਤਾਂ ਇਹ ਜਿਹੜੇ ਜਿਹੜੀਆਂ ਬਾਲਟੀਆਂ ਉਹ ਲੱਗਦੀਆਂ ਨੇ ਮਗਰ ਬੇਸਾਂ, ਹਾਂਜੀ, ਉਹਦੇ ਬਾਰੇ ਦਿਖਾਈਏ ਪਹਿਲਾਂ ਆਪਾਂ ਗੱਲਬਾਤ ਉਹਦੇ ਵਿੱਚ ਬਈ। ਹਾਂ, ਉਹ ਤੁਸੀਂ ਗੱਲ ਪੁੱਛੀ ਹੈ ਵੀ ਟਰੈਕਟਰਾਂ ਦੇ ਪਿੱਛੇ ਹੈ ਨਾ, ਹਾਂਜੀ, ਤੇ 1 ਕਿਲੋਮੀਟਰ ਦੂਰ ਦੇ ਉੱਤੇ ਆਪਣੇ ਸੈੱਟ ਦੀ ਆ ਬੇਸ ਤੇ ਬਾਸ ਹੋ ਸਕਦਾ, 1 ਕਿਲੋਮੀਟਰ, 1 ਕਿਲੋਮੀਟਰ ਦੇ ਉੱਤੇ, ਠੀਕ ਹੈ ਜੀ। ਜੇ 1 ਕਿਲੋਮੀਟਰ ਦੇ ਉੱਤੇ ਬਾਜ ਬੇਸ ਨਹੀਂ ਆਉਂਦੀ ਮੇਰੇ ਕੋਲ ਲਾ ਕੇ ਰੱਖ। ਕਿਆ ਬਾਤ ਹੈ ਜੀ। ਹਾਂਜੀ, ਇੱਕ ਗੱਲ ਦੂਜੀ ਹੈ ਜੀ, ਆਲਾ ਕਹਿੰਦਾ ਬਈ ਸੈੱਟ ਮੇਰਾ ਸਾਡਾ ਸੈੱਟ ਘੰਟਾ ਚੱਲਦਾ, 2 ਘੰਟੇ ਚੱਲਦਾ, 3 ਘੰਟੇ ਚੱਲਦਾ, ਗਰਮ ਹੋ ਜਾਂਦਾ ਤੇ ਕੱਟ ਮਾਰ ਲੱਗ ਜਾਂਦਾ। ਆਪਣਾ ਸੈੱਟ ਤੁਸੀਂ 1 ਮਹੀਨਾ ਬਣਾ ਸੋਚ ਬੰਦ ਕਰੇ ਤੋਂ ਚਲਾ ਸਕਦੇ, ਜਮਾ 24 ਘੰਟੇ 7 ਦਿਨ ਚੱਲੀ, 24 ਘੰਟੇ ਅਸੀਂ ਇਹੋ ਜਿਹੇ ਟਰੈਕਟਰ ਤੇ ਲਾਏ ਆ ਜਿਹੜੇ ਕਹਿੰਦੇ ਵੀ ਅਸੀਂ 1 ਮਹੀਨਾ, ਜਿਹੜੇ ਮੰਨ ਕੇ ਚੱਲ ਕੰਪਿਊਟਰ ਕਲਾ ਦਾ ਕੰਮ ਕਰਦਾ, ਜਿਵੇਂ ਉਹ ਹੋਰ ਟਾਈਪਰ ਦਾ ਕੰਮ ਕਰਦੇ, ਬਿਲਕੁਲ, ਹਾਂ, ਉਹ ਕੀ ਕਰਦੇ ਆ ਨਾ, ਉਹ ਦਿਨ ਰਾਤ ਹੀ ਚੱਲਦੇ ਆ, ਠੀਕ ਹੈ ਜੀ। ਅਸੀਂ ਉਹਨਾਂ ਦੇ ਸੈੱਟਾਂ ਦੇ ਲਾ ਲਾ ਕੇ ਤਜਰਬੇ ਕਰੇ ਹੋਏ ਆ ਵੀ ਜਿਹੜੇ ਕਹਿੰਦੇ ਆ ਵੀ ਅਸੀਂ ਵੀ ਬਈ ਬੰਦ ਹੀ ਨਹੀਂ ਕਰਨਾ, ਮਹੀਨਾ 1.5 ਮਹੀਨਾ ਡੈਕ ਨੂੰ ਬੰਦ ਹੀ ਨਹੀਂ ਕਰਨਾ, ਠੀਕ ਹੈ, ਤੇ ਅਸੀਂ ਉੱਥੇ ਲਾ ਲਾ ਕੇ ਚੈੱਕ ਕਰੇ ਹੋਏ ਆ ਵੀ ਆਲਾ ਕਹਿੰਦਾ ਬਈ ਬਈ ਸਵਾਦ ਹੀ ਆ ਗਿਆ, ਨਾ ਸੈੱਟ ਗਰਮ ਹੁੰਦਾ, ਨਾ ਕੋਈ ਮੱਚਣ ਬਾਜ ਪਟਣ ਦੀ ਦਿੱਕਤ ਆ, ਤੇ ਤਜਰਬੇ ਬਹੁਤ ਕਰੇ ਆ ਬਈ, ਠੀਕ ਹੈ, ਤਜਰਬਿਆਂ 'ਚ ਬਈ ਸੀ ਰਚ ਨਹੀਂ ਨਾ ਬਣਿਆਗਾ, ਤੇ ਬਾਕੀ ਬਾਈ ਨੇ ਤਸੱਲੀ ਕਰਾ ਦਿੰਦਾ ਹੈਗਾ। ਤੇ ਬਈ ਇੱਕ ਚੀਜ਼ ਹੋਰ ਰਹਿੰਦੀ ਆ ਤਾਰਾਂ ਤੋਂ ਜ਼ਿਆਦਾ ਆਈ ਗੱਲ, ਹਾਂਜੀ, ਜਿਵੇਂ ਆਪਾਂ ਪਹਿਲਾਂ ਅਸੀਂ ਕੀ ਕਰ ਦਿੰਦੇ ਜਿਵੇਂ ਜਦੋਂ ਕਈ ਵਾਰ ਤੋੜ ਲੈਂਦੇ ਸਿਸਟਮ ਖੋਲ ਲੈਂਦੇ ਆ, ਤਾਰਾਂ ਤੂਰਾਂ ਜੋੜਦੇ ਮੱਚ ਜਾਂਦਾ ਸਿਸਟਮ, ਹਾਂ ਬਈ ਅਸੀਂ ਨਾ ਇੱਕ ਆਹ ਸੈੱਟ ਦੇ ਵਿੱਚ ਨਾ ਜੀ ਇੱਕ ਸਿਸਟਮ ਇਸ ਤਰ੍ਹਾਂ ਦਾ ਲਾਇਆ ਹੋਇਆ, ਜੇ ਜਿਹੜੀਆਂ ਜਿਹੜੀਆਂ ਇਹਦੀਆਂ ਤਾਰਾਂ ਨੇ ਮੰਨ ਕੇ ਚੱਲੋ, ਆਹ ਤਾਰਾਂ ਜੇ ਤੁਸੀਂ ਨੈਗੇਟਿਵ ਪੋਜ਼ਿਟਿਵ ਪੁੱਠੀਆਂ ਲਾਓਗੇ ਜਾਂ ਆਹ ਸਪੀਕਰਾਂ ਤੇ ਲਾਓਗੇ, ਡੈਕ ਦਾ ਧੂਆਂ ਨਿਕਲ ਜਾਂਦਾ ਸੀ, ਠੀਕ ਹੈ, ਤੁਸੀਂ ਆਪਣੇ ਸੈੱਟ ਦੀਆਂ ਜਿਵੇਂ ਮਰਜ਼ੀ ਲਾਓ, ਜਿਹਨੂੰ ਜਿੱਥੇ ਮਰਜ਼ੀ ਜੋੜ ਦਿਓ ਯਾਰ, ਜਿਵੇਂ ਮਰਜ਼ੀ ਜੋੜ ਦਿਓ। ਪਹਿਲੀ ਗੱਲ ਤਾਂ ਸਾਡੇ ਕੋਲ ਜਿਹੜਾ ਸੈੱਟ ਲਾ ਕੇ ਜਾਂਦਾ ਉਹ ਸੈੱਟ ਦੇ ਵਿੱਚ ਤਾਰਾਂ 'ਚ ਜੋੜ ਨਹੀਂ ਹੁੰਦਾ, ਠੀਕ ਹੈ, ਸਾਰੀਆਂ ਅਸੀਂ ਤਾਰਾਂ ਮੰਨ ਕੇ ਚੱਲ ਜਿੰਨੇ ਵੀ ਸਾਊਟ ਤਿਆਰ ਕਰਦੇ ਆ ਸਿਰੇ ਸਿੱਧੇ ਇਹ ਮੰਨ ਕੇ ਚੱਲ ਵੀ ਜਿੰਨੇ ਸਪੀਕਰਾਂ 'ਚ ਆਉਂਦੇ ਆ ਇਹਦੇ ਵਿੱਚ ਸਿੱਧੇ ਸੈਂਪਲ ਕਰਦੇ ਆ, ਪਰ ਫਿਰ ਵੀ ਮੇਰੇ ਵਰਗੇ ਜਦ ਤੋੜ ਲੈਂਦਾ ਕਈ ਵਾਰ ਤਾਰਾਂ ਨੰਗੀਆਂ ਆਉਂਦੀਆਂ, ਉਹ ਟਾਈਮ ਪੈ ਕੇ, ਹਾਂਜੀ, ਆਪਣਾ ਸੈੱਟ ਮੱਚੂਆ ਨਹੀਂ, ਤੁਸੀਂ ਜਿਵੇਂ ਮਰਜ਼ੀ ਪੁੱਠੀਆਂ ਲਾ ਲਓ, ਕੀ ਬਾਤ ਹੈ, ਆਈਸੀ ਨਹੀਂ ਮੱਚੂਆ, ਜੇ ਆਈਸੀ ਮੱਚ ਗਿਆ ਫਿਰ ਹੀ ਬਾਲ ਕੇ ਦੇਵਾਂਗੇ, ਜੀ ਬਾਈ, ਤੇ ਆ ਜਾਓ ਬਾਈ ਫਿਰ ਚੱਲਦੇ ਆ ਇਸ ਤੋਂ ਅੱਗੇ, ਦਿਖਾ ਦਿੰਦੇ ਤੁਹਾਨੂੰ ਸੈੱਟ, ਇਹ ਵੀ ਬਾਈ ਜਿਵੇਂ ਦੇਖ ਰਿਹਾ ਇਹ ਸਾਰਾ ਤੁਸੀਂ ਆਪ ਹੀ ਇੱਥੇ ਬਣਾਉਂਦੇ ਹੋ ਜਮਾ ਓਕੇ ਰਿਪੋਰਟ ਕਰ, ਹਾਂਜੀ, ਆ ਇਹ ਸਾਰੇ ਅਸੀਂ ਸੈਂਪਲ ਜਿੰਨੀ ਵੀ ਪੇਟੀਆਂ ਅਸੀਂ ਕਰਦੇ ਆ ਜੀ, ਠੀਕ ਹੈ, ਸਾਰੀਆਂ ਅਸੀਂ ਆਪ ਤਿਆਰ ਕਰਦੇ ਆ, ਠੀਕ ਤੇ ਆਪਾਂ ਰੈਡੀਮੇਡ ਕੁਝ ਨਹੀਂ ਲੈਂਦੇ ਪੇਟੀਆਂ, ਹਾਂਜੀ ਬਾਈ ਹੁਣ ਗੱਲ ਕਰੀਏ ਪੇਟੀਆਂ ਦੀ, ਹਾਂਜੀ, ਤੇ ਜਿਹੜੀ ਸੜਕ ਤੇ ਦੇਖਣ ਨੂੰ ਮਿਲਦੀ ਆਮ ਟਰੈਕਟਰਾਂ ਦੇ ਵਿੱਚ, ਹਾਂਜੀ, ਤੇ ਇਹਦੇ ਬਾਰੇ ਵੀ ਜਾਣਕਾਰੀ ਦੀ ਕੀ ਕੁਆਲਿਟੀ ਰਹਿੰਦੀ ਆ ਤੇ ਕਿੰਨੇ ਇੰਚ ਤੋਂ ਕਿੰਨੇ ਇੰਚ ਤੱਕ ਆਪਾਂ ਨੂੰ ਮਿਲ ਜਾਂਦੇ ਆ, ਹਾਂਜੀ ਬਾਈ, ਆਪਾਂ ਬਾਈ ਉਹ ਥੋੜੀ ਪਹਿਲਾਂ ਵੀ ਗੱਲ ਕਰਕੇ ਟਾਈਮ ਵੀ 1 ਕਿਲੋਮੀਟਰ ਦੂਰ ਤੇ ਬੇਸ ਤੇ ਬਾਸ ਹੋ ਸਕਦੇ ਹੋ ਨਾ, ਠੀਕ ਹੈ, ਇਹ ਉਹ ਚੀਜ਼ਾਂ ਆ ਗਈਆਂ ਜੀ ਸਾਰੀਆਂ ਜੀ, ਤੇ ਇਹ ਐਂਪ ਵਾਲੀ ਪੇਟੀ ਆ ਬਾਈ, ਇਹਦੇ ਇਹਨਾਂ ਸਪੀਕਰਾਂ ਦੇ ਵਿੱਚ ਕੀ ਆ ਨਾ, ਇਹ ਸਪੀਕਰਾਂ ਨੇ ਆਵਾਜ਼ ਕੱਢਣੀ ਆ, ਇਸ ਲਈ ਬੇਸ ਬਣਾਉਣੀ, ਠੀਕ ਆ ਬਾਈ, ਇਹ ਘੱਟ ਬਜਟ ਦੇ ਵਿੱਚ ਆਲਾ ਕਹਿੰਦਾ ਵੀ ਆਪਣੇ ਥੋੜਾ ਘੱਟ ਬਜਟ ਦੇ ਵਿੱਚ ਲਾਉਣਾ ਹੋਵੇ ਸੈੱਟ ਤਾਂ ਇਹ ਆਪਣੇ ਕੋਲ ਲਵਾ ਸਕਦਾ, ਇਹਦੇ ਵਿੱਚ ਹੀ 8 ਵਾਲਾ ਇਹਦੇ ਨਾਲ ਐਂਪ ਸਿਸਟਮ ਲੱਗਿਆ ਹੋਇਆ, ਠੀਕ ਹੈ, ਵਾਟਰਪ੍ਰੂਫ ਸਪੀਕਰ ਨੇ, ਲਾਈਟਿੰਗ ਇਹਦੇ ਵਿੱਚ ਲੱਗੀ ਹੋਈ ਆ, ਲੈਦਰ ਦਾ ਕੱਪੜਾ ਚੜਿਆ ਹੋਇਆ, ਤੇ ਏ ਟੂ ਮੰਨ ਕੇ ਚੱਲ ਵੀ ਬਹੁਤ ਜ਼ਿਆਦਾ ਪੇਟੀ ਲੱਗੀ ਹੈ ਜੀ, ਹਾਂਜੀ ਇਹ ਵਾਟਰਪ੍ਰੂਫ ਨੇ, ਬੇਸਿਕ ਪਾਈਪ ਨਾਲ ਨਵਾਈ ਚਲੋ ਜੀ, ਕੋਈ ਦਿੱਕਤ ਨਹੀਂ, ਹਾਂਜੀ, ਟੂਟੀ ਵਾਲੇ ਪਾਈਪ ਲਾ ਲਓ ਤੁਸੀਂ, ਇਹਨੂੰ ਪ੍ਰੈਸ਼ਰ ਨਾਲ ਕਿਵੇਂ ਮਾਰਜੀ ਨਵਾਈ ਚਲੋ, ਕੋਈ ਦਿੱਕਤ ਨਹੀਂ, ਠੀਕ ਆ ਬਾਈ, ਤੇ ਬਾਈ ਇੱਕ ਰੇਟ ਦਾ ਵੀ ਦੱਸ ਦਈਏ ਕਿਉਂਕਿ ਕਈ ਵਾਰ ਦੋਸਤ ਕਹਿ ਜਾਂਦੇ ਨੇ ਵੀਡੀਓ ਸਾਰੀ ਬਣਾਤੀ ਰੇਟ ਨਹੀਂ ਪਤਾ ਲੱਗਿਆ, ਕੀ ਸਟਾਰਟਿੰਗ ਹੁੰਦੀ ਆ ਤੇ ਕਿੱਥੋਂ ਤੱਕ ਆਪਾਂ ਲਾ ਦਿੰਦੇ ਆ ਪ੍ਰੋਜੈਕਟ ਵੱਡੇ ਤੋਂ ਵੱਡਾ? ਸਟਾਰਟਿੰਗ ਤਾਂ ਬਾਈ ਅਸੀਂ ਨਾ ਇਹ 5000 ਤੋਂ ਸੈੱਟ ਤੋਂ ਸਟਾਰਟਿੰਗ ਹੋ ਜਾਂਦੀ ਹੈ 8 ਇੰਚੀ ਦੀ,
ਠੀਕ ਹੈ ਜੀ। ਤੇ ਐਂਡ ਤਾਂ ਕੋਈ ਹੈ ਨਹੀਂਗਾ, ਠੀਕ ਹੈ। ਬੇਸਿਕ 50,000 ਤੱਕ ਲਵਾ ਲੈ ਵਾਲਾ, ਬੇਸਿਕ 5 ਲੱਖ ਰੁਪਏ ਤੱਕ ਲਵਾ ਲੈ। ਬਾਈ ਫਿਰ ਇੱਕ ਚਲੋ ਆਈਡੀਆ ਜੇ ਦੇ ਦੀ ਆਪਣੇ ਦੋਸਤਾਂ ਨੂੰ, ਜੇ ਮੰਨ ਲਓ ਮੈਂ ਆਪਦੇ ਟਰੈਕਟਰ ਤੇ ਲਗਾਉਣਾ, ਇੱਕ ਨਾਰਮਲ ਬਜਟ ਦੇ ਵਿੱਚ ਜਿੱਥੋਂ ਕਿਲੋਮੀਟਰ ਵਾਲਾ ਦਾ ਕੰਮ ਤੁਹਾਡਾ ਸਾਰਿਆਂ 'ਚ ਹੀ ਹੈ, ਹਾਂਜੀ, ਪਰ ਸ਼ੌਂਕ ਜਿਹਾ ਹੀ ਪੂਰਾ ਹੋ ਜਾਵੇ ਤਾਂ ਬਜਟ ਵੀ ਨਾ ਹੱਲੇ, ਕਿੰਨੇ ਗਾਲਾ ਵਧੀਆ ਹੋ ਜਾਂਦਾ? ਜੇ ਆਪਾਂ ਮੰਨ ਕੇ ਚੱਲੋ ਜੀ 45,000 ਰੁਪਏ ਤੋਂ ਲੈ ਕੇ 50,000 ਰੁਪਏ ਤੱਕ ਵਿੱਚ ਵਿੱਚ ਸੈਟਲ ਲਵਾਉਣੇ ਆ ਜੀ, ਤਾਂ ਇਹ ਸਿਰਾ ਕੁਆਲਿਟੀ ਆ ਜਾਂਦੀ ਹੈ। ਹੋ ਸਕਦਾ ਵੀ ਛੋਟੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਸੈਟਲ ਨਾ ਹੀ ਲੱਗਿਆ ਹੋਵੇ, ਠੀਕ ਹੈ ਜੀ। ਹਾਂਜੀ, ਜੇ ਲੱਗਿਆ ਵੀ ਐ ਨਹੀਂ ਪਤਾ, ਲੱਖ ਦਾ ਲਵਾ ਕੇ ਲਿਆ ਹੋਵੇ। ਹਾਂਜੀ, ਤੁਹਾਡੇ ਖੁਦ ਪਿੰਡ ਦੇ ਵਿੱਚ ਵੀ ਸਾਡੇ ਕੋਲ 5-10 ਸੈਟ ਲੱਗੇ ਹੋਣਗੇ ਜੀ ਬਾਈ। ਗੁਰਜੰਟ ਲਾ ਲਓ ਜਿਹੜੇ ਭਾਰਤ ਦਾ ਕੰਮ ਕਰਦੇ ਆ, ਹਾਂਜੀ ਹਾਂਜੀ, ਉਹਨਾਂ ਦੇ ਜਿੰਨੇ ਟਰੈਕਟਰ ਨੇ ਨਵੇਂ ਟਰੈਕਟਰ ਉਹਦੇ ਸਾਡੇ ਕੋਲ ਡੈਕ ਲਾ ਕੇ ਜਾਂਦੇ, ਬਿਲਕੁਲ ਜੀ ਬਿਲਕੁਲ। ਹਾਂਜੀ, ਉਹਨਾਂ ਦਾ 24 ਘੰਟੇ ਵਾਲੇ ਚੱਲਣ ਵਾਲੇ ਟਰੈਕਟਰ ਦੇ ਨਾਲ, ਹਾਂ, ਜ਼ਿਆਦਾਤਰ ਨਾ ਸਾਡੇ ਕੋਲੇ ਉਹ ਕੰਮ ਬੰਦੇ ਕਰਾਉਂਦੇ ਨੇ ਜਿਹੜੇ ਮੰਨ ਕੇ ਜੇ ਵੀ ਕਿਰਾਏ ਦਾ ਕੰਮ ਹੋਵੇ ਵੀ ਸਾਨੂੰ ਮੁੜ ਕੇ ਦੁਬਾਰੇ ਦੁਕਾਨ ਤੇ ਨਾ ਆਉਣਾ ਪਵੇ, ਠੀਕ ਆ ਬਾਈ ਜੀ। ਹਾਂਜੀ, ਇਸ ਤੋਂ ਅੱਗੇ ਬਾਈ ਇਧਰ ਕੁਆਲਿਟੀ ਵੀ ਦਿਖਾ ਦਈਏ, ਹੈ ਨਾ, ਜਿਹੜੀਆਂ ਪੇਟੀਆਂ ਬਣਦੀਆਂ ਨੇ ਤੇ ਪੂਰਾ ਬਾਈ ਸਨਮਾਇਕਾ ਸਮੂਕਾ ਹੈ, ਪ੍ਰੋਪਰ ਲਾਇਆ ਹੁੰਦਾ ਇਹਨਾਂ ਦੇ। ਹਾਂਜੀ ਬਾਈ, ਇਹ ਨਾ ਅਸੀਂ ਸਪੈਸ਼ਲ ਸਾਰਾ ਜਿਵੇਂ ਮੰਨ ਕੇ ਚੱਲਾ ਦੇਖ ਲਓ, ਫੈਵੀਕੋਲ ਦੇਖ ਲਓ ਇਹਦੇ ਵਿੱਚ, ਠੀਕ ਹੈ ਜੀ, ਜਿਵੇਂ ਆਪਾਂ ਘਰੇ ਜੋੜੀਆਂ ਦੇ ਫੈਵੀਕੋਲ ਆਪਾਂ ਲਵਾਉਣੇ ਆ ਸਪੈਸ਼ਲ, ਬਿਲਕੁਲ ਜੀ, ਜੇ ਇਹਦੇ ਵਿੱਚ ਵੀਡੀਓ ਦੇ ਵਿੱਚ ਦਿਸਦਾ ਹੋਊਗਾ ਤੇ ਉਸ ਹਿਸਾਬ ਨਾਲ ਆਪਾਂ ਮੰਨ ਕੇ ਸਪੈਸ਼ਲ ਤਿਆਰ ਕਰਵਾਉਣੇ ਆ। ਤੇ ਇਹਦੇ ਤੇ ਐ ਨਹੀਂ ਹੈਗਾ ਜੀ, ਆਲਾ ਕਹਿੰਦਾ ਨਾ ਵੀ ਥੋੜਾ ਜਿਹਾ ਰੇਟ ਤੁਹਾਡਾ ਉੱਚਾ ਲੱਗਦਾ, ਕੁਆਲਿਟੀ ਦੇ ਹਿਸਾਬ ਨਾਲ ਰੇਟ ਕੁਛ ਵੀ ਨਹੀਂ ਜੀ, ਠੀਕ ਹੈ ਜੀ। ਆ ਹੁਣ ਅੰਦਰ ਤਾਂ ਕੁਛ ਨਹੀਂ ਦਿਸਦਾ ਜੀ, ਅੰਦਰ ਤਾਂ ਕੁਛ ਨਹੀਂ ਦਿਖਦਾ, ਸੇ ਕੱਪੜਾ ਚੜ ਗਿਆ, ਇੱਥੇ ਵੀ ਤੁਸੀਂ ਸਰਮੈਕਾ ਲਾਇਆ ਹੋਇਆ ਹੈ ਨਾ, ਇੱਥੇ ਵੀ ਸਰਮੈਕਾ ਦੇਖੋ, ਪਹਿਲਾਂ ਪੇਟੀ ਦੇ ਉੱਤੇ ਸਰਮੈਕਾ ਚੜਿਆ ਹੋਇਆ, ਇਹ ਘੱਟੋ ਘੱਟ ਐ ਮੰਨ ਕੇ ਚੱਲੋ ਜੀ ਇੱਕ ਪੇਟੀ ਮਗਰ 1200 ਰੁਪਏ ਦਾ ਫਰਕ ਪੈ ਜਾਂਦਾ ਜੀ, ਠੀਕ ਹੈ ਜੀ। ਸਰਮੈਕਾ ਕੋਈ ਗੱਲ ਨਾ, ਵੀ ਪੂਰੀ ਕੁਆਲਿਟੀ ਬਣਾਉਣਾ, ਥੋੜੀਆਂ ਥੋੜੀਆਂ ਚੀਜ਼ਾਂ ਦਾ ਜਿਹੜਾ ਤਜਰਬੇ ਜੋ ਤੁਸੀਂ ਕੀਤਾ ਹੋਇਆ ਉਹਦੇ ਹਿਸਾਬ ਨਾਲ ਕਰਦੇ ਵੀ ਲੰਮਾ ਸਮਾਂ ਚੀਜ਼ ਚੱਲੇ। ਹਾਂਜੀ, ਇਹਦੀ ਲੈਬ ਦੁੱਗਣੀ ਹੋ ਗਈ ਸਰਮੈਕੇ ਨਾਲ, ਦੁੱਗਣੀ ਹੋ ਗਈ, ਹਾਂਜੀ ਬਿਲਕੁਲ। ਜੇ ਹੁਣ ਮੰਨ ਕੇ ਚੱਲ ਵੀ ਚੱਲ ਕੇ ਕਵਰ ਵੀ ਪਾੜਦਾ ਤੇ ਉਹ ਉਸ ਤੋਂ ਉੱਪਰ ਸਰਮੈਕਾ ਹੈਗਾ, ਠੀਕ ਹੈ ਜੀ। ਸਰਮੈਕਾ ਪਾੜਦਾ ਕਹਾਂ ਪਲਾਈ ਹੈਗੀ ਹੈ, ਠੀਕ ਹੈ ਜੀ। ਇਹ ਚ ਬਈ ਇਹ ਇਹ ਸਾਰਿਆਂ ਚ ਐ ਲੱਗਦੇ ਕਿ ਜਾਲੀ ਜੇ ਮਰਜ਼ੀ ਲਵਾ ਲਓ ਸ਼ੌਂਕ ਨਾਲ, ਇਹ ਬਈ ਫਰੰਟ ਫਰੇਮ ਹੈ, ਠੀਕ ਹੈ, ਇਹ ਫਰੰਟ ਫਰੇਮ ਹੈ, ਬੈਕ ਸਾਈਡ ਤੇ ਵੀ ਫਰੇਮ ਲੱਗਦੇ ਆ, ਉਹ ਆਪਣੇ ਕੋਲੇ ਮਾਡਲ ਆਪਾਂ ਉਹ ਵੀ ਦਿਖਾ ਦਿੰਦੇ ਆ, ਠੀਕ ਹੈ ਬਈ। ਤੇ ਇਹਦੇ ਵਿੱਚ ਡਿਜ਼ਾਈਨ ਕਾਫੀ ਨੇ, 15-20 ਡਿਜ਼ਾਈਨ, ਬਾਕੀ ਵਾਲਾ ਜੀ ਸਾਨੂੰ ਆ ਦਿਖਾ ਦੂ ਆ ਕੇ ਮੋਬਾਈਲ ਦੇ ਉੱਤੇ, ਵੀ ਆਹ ਡਿਜ਼ਾਈਨ ਚਾਹੀਦਾ ਤਾਂ ਉਹ ਡਿਜ਼ਾਈਨ ਲੱਗ ਜੂਗਾ, ਮਤਲਬ ਉਹਦਾ ਫੋਟੋ ਭੇਜ ਦਿਓ, ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ, ਹਾਂਜੀ ਸਾਰੇ ਤਰ੍ਹਾਂ ਦਾ ਤੁਹਾਨੂੰ ਮਿਲ ਜੂ। ਇਹ 12 ਇੰਚੀ ਪੇਟੀ ਆ ਬਾਈ, ਸਾਂਬੂਫਰ ਵਾਲੀ 5-2 ਵਾਲੀ, ਠੀਕ ਆ ਬਾਈ, ਉਹ ਆਪਾਂ ਐਂਪਲੀ ਦੀ ਗੱਲ ਕਰੀ ਸੀ, ਇਹ 5-2 ਵਾਲੀ ਸਾਂਬੂਫਰ ਵਾਲੀ ਪੇਟੀ ਹੈ 12 ਇੰਚੀ, ਇਹਦੇ ਵਿੱਚ 5 ਸਪੀਕਰ 6 ਇੰਚੀ ਨੇ ਤੇ 2 ਸਾਂਬੂਫਰ ਨੇ ਇਹਦੇ ਵਿੱਚ 12 ਇੰਚੀ, ਠੀਕ ਆ ਬਾਈ ਜੀ। ਤੇ ਬਹੁਤ ਵਧੀਆ ਕੁਆਲਿਟੀ ਤੇ ਬਹੁਤ ਜ਼ਿਆਦਾ ਟਰੈਕਟਰਾਂ ਤੇ ਇਹ ਲੱਗਦੀ ਹੈ ਜੀ, ਅੱਜ ਕੱਲ੍ਹ ਦੇ ਬਜਟ ਦੇ ਹਿਸਾਬ ਨਾਲ, ਬਜਟ ਦੇ ਹਿਸਾਬ ਨਾਲ ਸਿਰੇ 'ਚ ਆਉਂਦੀ ਹੈ ਚੀਜ਼ਾਂ, ਹਾਂਜੀ ਪੂਰੀ ਵਧੀਆ ਜੀ। ਇੱਕ ਬਾਈ ਜਿਵੇਂ ਮੈਂ ਦੇਖਦਾ ਨਾ ਹੁਣ ਜਿਵੇਂ ਗਰਮੀ ਆ, ਵੱਡੀਆਂ ਵੱਡੀਆਂ ਚੀਜ਼ਾਂ ਕਰਨ ਸਾਡਾ ਮੋਬਾਈਲ ਵੀ ਵੀਡੀਓ ਬਣਾਉਣ ਵੇਲੇ ਕਈ ਵਾਰ ਗਰਮ ਹੋ ਜਾਂਦਾ, ਹਾਂਜੀ, ਤੇ ਫਿਰ ਇਹਦੀ ਵੀ ਬਈ ਪ੍ਰੋਬਲਮ ਰਹਿੰਦੀ ਵੀ ਜੇ ਇਹ ਗਰਮ ਹੋ ਜਾਏ ਆਪਣਾ ਸਿਸਟਮ, ਇਹ ਸਿਸਟਮ ਜੀ ਇਹਦੇ ਵਿੱਚ ਪਹਿਲੀ ਗੱਲ ਤਾਂ ਫੈਨ ਲੱਗਿਆ ਹੋਇਆ ਜੀ, ਆਪਾਂ ਦਿਖਾ ਦਿੰਦੇ ਹਾਂ, ਹਾਂਜੀ ਬਾਈ, ਇਹ ਫੈਨ ਲੱਗਿਆ ਹੋਇਆ, ਹਾਈ ਸਪੀਡ ਦਾ ਫੈਨ ਲੱਗਿਆ ਹੋਇਆ। ਤੇ ਦੂਜੀ ਗੱਲ ਜੀ, ਜਿਹੜੇ ਇਹਦੇ ਵਿੱਚ ਆਈਸੀ ਹੁੰਦੇ ਆ ਨਾ ਜੀ, ਜੀ ਇਹ ਕਾਪੀ ਤਾਂ ਹਰੇਕ ਚੀਜ਼ ਦੀ ਤੁਹਾਨੂੰ ਪਤਾ ਹੀ ਹੈ ਵੀ ਰੀਜਨਲ ਆਉਣ ਤੋਂ ਪਹਿਲਾਂ ਕਾਪੀ ਆ ਜਾਂਦੀ, ਬਿਲਕੁਲ ਜੀ, ਹੈ ਜੀ। ਤੇ ਜਿਹੜਾ ਆਹ ਆਈਸੀ ਲੱਗੇ ਹੋਏ ਨੇ, ਜੇ ਇਹਨਾਂ ਦੇ ਮੰਨ ਕੇ ਚੱਲ ਵੀ ਜੇ ਰੀਜਨਲ 300 ਰੁਪਏ ਦਾ ਤਾਂ ਕਾਪੀ ਇਹਦੀ 20-25 ਰੁਪਏ ਦੀ ਆ ਜਾਂਦੀ, ਅੱਛਾ ਜੀ, ਇੰਨਾ ਫਰਕ ਪੈ ਜਾਂਦਾ ਜੀ, ਮਤਲਬ ਜਿਹੜੀ ਚੀਜ਼ ਆਪਾਂ ਨੂੰ ਦਿੰਦੇ ਨੇਗੀ, ਹਾਂਜੀ, ਆਮ ਜੋ ਗਾਹਕ ਨੂੰ ਤਾਂ ਪਤਾ ਨਹੀਂ ਹੁੰਦਾ ਅੰਦਰ, ਗਾਹਕ ਨੂੰ ਪਤਾ ਨਹੀਂ ਜੀਗਾ, ਜਿਵੇਂ ਸੇਮ ਚਾਹੇ ਡੈਕ ਆ ਜੀ, ਜਿਵੇਂ ਉਹ ਪੇਟੀ ਦੀ ਆਪਾਂ ਗੱਲ ਕਰਕੇ ਆਏ ਵੀ 1200 ਰੁਪਏ ਦਾ ਵਿੱਚ ਉਹਦੇ ਲੋਕ ਗਿਆ ਸਰਮੈਕਾ ਕਿਹੜਾ ਦੱਸ ਰਿਹਾ, ਇਹੀ ਚੀਜ਼ ਇਹ ਆਈਸੀਆਂ ਚ ਆ ਗਈ ਜੀ, ਠੀਕ ਹੈ ਜੀ, ਹਾਂਜੀ। ਤੇ ਗਰਮ ਹੋਣ ਤੋਂ ਬਈ ਇਹਦੇ ਵੀ ਕੋਈ ਪ੍ਰਬੰਧ ਕੀਤਾ? ਆ ਦੇਖੋ ਹੀਟ ਸਿੰਗ ਜੀ ਥੱਲੇ, ਠੀਕ ਹੈ, ਇਹ ਕੀ ਬੈਨੀਫਿਟ ਕੀ ਕੰਮ ਕਰਦੀ ਹੈ? ਇਹ ਇਹਨਾਂ ਦੇ ਉੱਤੇ ਆਈਸੀ ਇਹਨਾਂ ਦੇ ਉੱਪਰ ਕਸੇ ਹੋਏ ਨੇ, ਜਿੰਨੇ ਮੌਸਫਟ ਆਈਸੀ ਲੱਗੇ ਹੋਏ ਨੇ ਜੀ, ਇਹ ਫਾਸਟ ਦੀ ਹੀਟ ਸਿੰਗ, ਅੱਛਾ ਜੀ, ਵਿੱਚ ਤੁਸੀਂ ਦੇਖੀ ਹੋਊਗੀ ਨਾ ਇਹ ਸੈਂਕੜ ਦੀ ਫਸਟ ਲਾਉਂਦੇ ਨੇ ਹੀਟ ਸਿੰਗ, ਤੇ ਉਹ ਨਾ ਜਿੱਥੇ ਜਿੱਥੇ ਆਈਸੀ ਲੱਗਿਆ ਹੁੰਦਾ ਉੱਥੇ ਗਰਮ ਹੋ ਰਿਹਾ, ਉੱਥੇ ਗਰਮ ਹੋ ਕੇ ਆਈਸੀ ਦਾ ਆਈਸੀ ਮਰ ਜਾਂਦਾ,
ਠੀਕ ਹੈ ਤੇ ਇਹਦੇ ਵਿੱਚ ਦੇਖੋ ਤੁਸੀਂ ਜੇ ਇਹ ਹੁਣ ਮੰਨ ਕੇ ਆਈ ਸੀ ਇੱਥੇ ਲੱਗਿਆ ਤਾਂ ਇੱਥੋਂ ਜਿੰਨੀ ਹੀਟ ਹੋਊਗੀ ਆਹ ਕੰਨੀ ਤੋਂ ਵੀ ਉਨੀ ਹੀਟ ਹੋਊ। ਠੀਕ ਹੈ, ਉਹ ਸਾਰੀ ਡਿਵਾਈਡ ਹੋ ਜਾਂਦੀ ਹੈ। ਹਾਂਜੀ ਠੀਕ ਹੈ ਜੀ, ਇਸ ਕਰਕੇ ਮਨ ਗਰਮ ਹੋਣ ਵਾਲੀ ਸ਼ਿਕਾਇਤ ਵੀ ਆਪਣੇ ਇਹ ਨਹੀਂ ਪ੍ਰੋਬਲਮ। ਨਹੀਂ ਜੀ ਠੀਕ ਹੈ ਬਾਈ ਜੀ, ਬਾਕੀ ਅਸੀਂ ਇਹ ਨਾ ਐਂ ਨਹੀਂ ਹੈਗਾ ਵੀ ਐਂ ਚੱਕ ਕੇ ਲਾਉਣ ਦਾ ਸੈੱਟ, ਅਸੀਂ ਪਹਿਲਾਂ ਪੂਰਾ ਸੈੱਟ ਨੂੰ ਕਾਮਯਾਬ ਕਰਦੇ ਹਾਂ ਵੀ ਇਹ ਚੱਲੂਗਾ ਟਰੈਕਟਰ ਦੇ ਉੱਤੇ, ਖੁੱਲੇ ਨਾ, ਗਰਮ ਨਾ ਹੋਵੇ, ਮੱਚੇ ਨਾ, ਇਹ ਚੀਜ਼ਾਂ ਦੇ ਪਹਿਲਾਂ ਅਸੀਂ ਗੌਰ ਕਰਦੇ ਹਾਂ, ਫੇਰ ਸੈੱਟ ਲਾਉਂਦੇ ਹਾਂ। ਓਕੇ, ਟੈਸਟ ਲਿਖ ਕੇ ਦਿੰਦੇ ਹਾਂ ਚੀਜ਼, ਹਾਂਜੀ ਤਸੱਲੀ ਕਰਕੇ, ਹੈ ਨਾ ਬਾਈ, ਤਸੱਲੀ ਕਰਕੇ ਫੇਰ ਸੈੱਟ ਲਾਉਂ ਜੀ। ਬਾਈ ਇੱਧਰ ਸੰਤ ਭਿੰਡਰਾਂ ਵਾਲੇ ਤੇ ਬਾਈ ਸਿੱਧੂ ਮੂਸੇਵਾਲ ਦੀ, ਹਾਂਜੀ ਇਹ ਬਾਈ ਕਿੱਥੇ ਲੱਗਦੇ ਨੇ ਇਹ ਚੀਜ਼ਾਂ? ਇਹ ਬਾਈ ਪੇਟੀਆਂ ਦੇ ਪਿੱਛੇ ਲੱਗਦੇ ਨੇ। ਠੀਕ ਹੈ ਜੀ, ਜਿਵੇਂ ਇੱਧਰ ਪੰਜਾਬ ਲੱਗਿਆ ਹੋਇਆ। ਹਾਂਜੀ, ਇਹ ਬਾਈ ਫਿਰ ਇਹ ਸਾਊਂਡ ਨਾਲ ਚੱਲਦੇ ਆ ਕਿ ਤਾਂ ਵੈਸੇ ਚੱਲਦੀ ਲਾਈਟਿੰਗ? ਇਹ ਡਾਊਨ ਸੀਲਿੰਗ ਜਿਹੜੀ ਕਰੀ ਹੋਈ ਹੈ ਜੀ, ਇੱਕ ਤਾਂ ਇਹ ਚੱਲੂਗੀ ਬੇਸ ਨਾਲ ਜੀ ਜਦੋਂ ਬੇਸ ਵੱਜੂਗੀ, ਠੀਕ ਹੈ, ਤੇ ਦੂਸਰੀ ਜਿਹੜੀ ਲੱਗੀ ਹੋਈ ਹੈ ਜੀ ਉਹ ਬਾਜ ਨਾਲ। ਅੱਛਾ, ਦੂਸਰੀ ਆਵਾਜ਼ ਨਾਲ ਚੱਲੂਗੀ। ਹਾਂਜੀ, ਤੇ ਬਾਈ ਇਸ ਤੋਂ ਅੱਗੇ, ਹਾਂਜੀ ਬਾਈ ਇਸ ਤੋਂ ਅੱਗੇ ਜੀ ਆਪਣੇ ਕੋਲੇ ਆਹ ਪੇਟੀ ਬਾਰੇ 9-2 ਵਾਲੀ ਜੀ, ਜੀ 12 ਇੰਚੀ ਦੇ ਵਿੱਚ ਜੀ। ਕਈ ਵਾਰੀ ਸਾਡੇ ਕੋਲ ਕਸਟਮਰ ਆ ਕੇ ਵਾਲਾ ਕਹਿ ਜਾਂਦਾ, ਸਾਡੇ ਕੋਲ ਨਾ ਜ਼ਿਆਦਾਤਰ ਹਰਿਆਣਾ ਇੱਧਰ ਰਾਜਸਥਾਨ ਦੇ ਵਿੱਚ ਥੋੜ੍ਹੀ ਜਿਹੀ ਬਾਜ ਜ਼ਿਆਦਾ ਮੰਗਦੇ ਆ। ਠੀਕ ਹੈ ਬਾਈ ਜੀ, ਵੀ ਬਾਜ ਥੋੜ੍ਹੀ ਜਿਹੀ ਜ਼ਿਆਦਾ ਹੋਵੇ ਜੀ। ਤੇ ਉਹਦੇ ਵਿੱਚ ਕੀ ਹੈ ਨਾ, ਇਹਦੇ 'ਚ ਅਸੀਂ 9 ਸਪੀਕਰ ਲਾ ਦਿੰਦੇ, ਦੇਖੋ 4 ਇਧਰਲੀ ਸਾਈਡ ਹੈ, 4 ਦੂਜੀ ਸਾਈਡ ਹੈ, 1 ਅੱਗੇ ਫਰੰਟ ਤੇ। ਬਿਲਕੁਲ ਜੀ, ਤੇ ਇਹਦੇ ਵਿੱਚ ਬਾਜ ਜ਼ਿਆਦਾ ਹੋਜੂ, ਬੇਸ ਦੀ ਕੋਈ ਚੱਕਰ ਨਹੀਂ, ਬੇਸ ਉਹਦੇ ਜਿੰਨੀ ਹੈ ਜੀ। ਠੀਕ ਹੈ ਜੀ, ਮੰਨ ਲਓ ਤਾਂ ਜੋ ਵੀ ਰਿਕੁਆਇਰਮੈਂਟ ਹੈ ਕਸਟਮਰ ਦੀ ਉਵੇਂ ਕਰ ਦੋਗੇ? ਹਾਂਜੀ ਬਾਈ। ਹੁਣ ਇੱਧਰ ਆ ਜਾਈਏ, ਸਭ ਤੋਂ ਜੇ ਕਹਿ ਦਈਏ ਖਾਸ ਪ੍ਰੋਡਕਟ ਟਰੈਕਟਰਾਂ ਦੀਆਂ ਛਾਤਰੀਆਂ। ਹਾਂਜੀ, ਪਹਿਲਾਂ ਆਪਾਂ ਛਾਤਰੀਆਂ ਦੱਸ ਦਈਏ, ਨਾਲ ਨਾਲ ਇੱਧਰੋਂ ਇਹ ਵੀ ਦੱਸਾਂਗੇ ਬਾਈ। ਠੀਕ ਹੈ ਜੀ, ਇਹ ਛਾਤਰੀਆਂ ਬਾਈ ਆਪਣੇ ਕੋਲ A2Z ਸਾਰੇ ਟਰੈਕਟਰਾਂ ਦੀਆਂ ਛਾਤਰੀਆਂ ਮਿਲ ਜਾਂਦੀਆਂ। ਠੀਕ ਹੈ ਜੀ, ਤੇ ਬਾਕੀ ਇਹ ਇੰਡੀਕੇਟਰ ਵਾਲੀਆਂ ਛਾਤਰੀਆਂ ਪਈਆਂ ਉੱਪਰ, ਇਹਦੇ ਨਾਲ ਅਸੈਸਰੀ ਅਸੀਂ ਸਾਰੀ ਦਿੰਦੇ ਆ, LED ਲਾਈਟਾਂ, ਠੀਕ ਹੈ ਜੀ, ਫੈਨ ਟੂਲ ਇਹਦੇ ਨਾਲ ਲੱਗਿਆ ਹੋਇਆ, ਤੇ ਇੰਡੀਕੇਟਰ ਅੱਗੇ ਪਿੱਛੇ ਲੱਗੇ ਹੋਏ ਆ, ਇਹ ਸਾਰਾ ਸਮਾਨ ਵਧੀਆ ਚ ਲੱਗਿਆ ਹੋਇਆ ਜੀ। ਐਂ ਨਹੀਂ ਹੈਗਾ ਵੀ ਆਪਾਂ ਕੱਲੀ ਸ਼ੋਅ ਹੀ ਦਿਖਾਉਣੀ ਹੈ, ਵੀ ਕੁਆਲਿਟੀ ਚੱਲੇ ਵੀ LED ਲਾਈਟਾਂ ਦੀ, ਤੇ ਸਾਰੇ ਟਰੈਕਟਰ ਦੇ ਨਾਲ ਜਾਉਂਦੀ ਆ, ਆ ਪੂਰੀ ਵਧੀਆ ਹੈਵੀ ਦੇ ਵਿੱਚ ਜੀ, ਰੰਗ ਰੰਗ ਵੀ ਬਾਈ ਪੂਰਾ ਜਮਾਂਗਾ, ਪੂਰਾ ਵਧੀਆ ਪਾਊਡਰ ਕੋਟ ਰੰਗ ਆ ਜੀ ਇਹਦੇ ਤੇ। ਠੀਕ ਹੈ ਜੀ, ਮਾਰੇ ਖੜਕੇ ਰੰਗ ਲੈਣ ਵਾਲਾ, ਉੱਡਣ ਵਾਲਾ ਵੀ ਹੈ ਨਹੀਂ ਧੁੱਪ 'ਚ। ਠੀਕ ਹੈ, ਤੇ ਉਹ ਕੁਆਲਿਟੀ ਆਪਾਂ ਪੂਰੀ ਵਧੀਆ 'ਚ, ਤੇ ਇਹਦੀ ਬਾਈ ਜਿਵੇਂ ਕਹਿ ਦਈਏ ਟੁੱਟਣ ਵਗੈਰਾ ਦੀ ਗਾਰੰਟੀ ਕੋਈ? ਟੁੱਟਣ ਵਗੈਰਾ ਜੀ ਤਾਂ ਉਹ ਆਪਾਂ ਦੱਸ ਕੇ ਹਟੇ ਜੀ, ਐਕਸੀਡੈਂਟ ਨਾ ਹੋਵੇ ਉਹ ਆਪਣੇ ਕੋਲ ਟੁੱਟ ਗਿਆ ਆਪਾਂ ਬਦਲ ਲਾਂਗੇ। ਕੀ ਬਾਤ ਹੈ, ਹਾਂਜੀ ਲਓ ਵੀ ਦੋਸਤ, ਇਸ ਤੋਂ ਬਾਅਦ ਕੀ ਮਜ਼ਬੂਤੀ, ਤੇ ਇਹਦੀ ਸਟਾਰਟਿੰਗ ਰੇਂਜ ਬਾਈ ਥੋੜੀ ਜਿਹੀ ਕੋਈ? ਸਟਾਰਟਿੰਗ ਰੇਂਜ ਇਹਦੀ ਤਕਰੀਬਨ ਐ ਮੰਨ ਕੇ ਜੋ 10,500 ਰੁਪਏ ਤੋਂ ਹੋ ਜਾਂਦੀ ਹੈ। 10,500? ਹਾਂਜੀ, 10,500 ਰੁਪਏ ਤੋਂ ਲੈ ਕੇ ਉੱਪਰ ਆਪਾਂ ਜਿਵੇਂ ਵੀ ਤੁਸੀਂ ਹੋਰ ਸਮਾਨ ਲਵਾਉਣਾ ਉਹ ਆਪਾਂ ਲਵਾ ਸਕਦੇ ਹਾਂ। ਹਾਂਜੀ ਠੀਕ ਹੈ ਬਾਈ ਜੀ, ਤੇ ਇਹ 16 ਇੰਚੀ ਪੇਟੀ ਹੈ ਜੀ। ਜੀ ਬਾਈ, ਇਹ ਉੱਪਰ ਪਈ ਹੈ ਨਾ ਜਿਹੜੀ, ਹਾਂਜੀ, ਇਹ ਆਪਣੇ ਪਿੱਛੇ ਫਰੇਮ, ਹਾਫ ਫਰੇਮ ਲੱਗਿਆ ਹੋਇਆ ਜਿਹੜਾ ਆਪਾਂ ਗੱਲ ਕਰਕੇ ਹਟੇ ਜੀ, ਇਹ ਆਪਣਾ ਟਰੈਕਟਰ ਦੇ ਮਗਰੋਂ ਦਿਖੂਗਾ ਆਪਾਂ ਨੂੰ ਜਦੋਂ ਟਰੈਕਟਰ ਜਾਂਦਾ। ਹਾਂਜੀ, ਇਹਦੇ ਵਿੱਚ ਫੁੱਲ ਫਰੇਮ ਵੀ ਲੱਗ ਜਾਂਦਾ ਜੀ, ਇਸ ਨੂੰ ਦਿਖਾ ਦਿੰਦੇ ਆਪਾਂ। ਠੀਕ ਹੈ ਜੀ, ਜਿਵੇਂ ਇਹ ਫਰੇਮ ਨੇ ਜੀ, ਠੀਕ ਹੈ ਜੀ, ਇਹ ਬੈਕ ਸਾਈਡ ਲੱਗ ਕੇ ਇਹਦੇ ਵਿਚਾਲੇ ਫੋਟੋ ਲੱਗ ਜਾਂਦੀ ਹੈ, ਵੀ ਜਿਹੜਾ ਵੀ ਕਿਸੇ ਨੇ ਆਪਦੀ ਫੋਟੋ ਲਵਾਉਣੀ ਹੈ ਜਾਂ ਕਿਸੇ ਬੱਚੇ ਦੀ ਫੋਟੋ ਲਵਾਉਣੀ ਹੈ, ਬਜ਼ੁਰਗ ਦੀ ਫੋਟੋ ਲਵਾਉਣੀ ਹੈ, ਉਹ ਜੋ ਮਰਜ਼ੀ ਲਵਾ ਸਕਦਾ। ਠੀਕ ਹੈ ਜੀ, ਸਾਨੂੰ ਆਲਾ PDF ਬਣਾ ਕੇ ਭੇਜ ਦਿਆ, ਜੇ ਕੁਝ ਵੀ ਲਿਖਾਉਣਾ ਹੈ, ਜਿਵੇਂ ਇੱਧਰ ਮੈਂ ਦੇਖ ਰਿਹਾ ਪੰਜਾਬ, ਮਤਲਬ ਹਰ ਤਰ੍ਹਾਂ ਦੀ ਤੁਸੀਂ ਚੀਜ਼ ਬੰਦਾ ਲਵਾਉਣ ਵਾਲਾ ਹੋਵੇ ਉਹੀ ਚੀਜ਼ ਲੱਗ ਜੂਗੀ। ਹਾਂਜੀ, ਇਹ ਫਰੇਮਾਂ ਦੇ ਵਿੱਚ ਵੀ ਕਾਫੀ ਡਿਜ਼ਾਈਨ ਹੈ ਜੀ, ਐ ਨਹੀਂ ਹੈਗਾ ਵੀ ਇਹਦੇ ਚ ਕਿੰਨੇ ਮਰਜ਼ੀ ਚੌਰਸ, ਸਾਰੇ ਤਰ੍ਹਾਂ ਦੇ, ਹਨਾ? ਹਾਂਜੀ, ਜਿਹੜੇ ਸਾਹ ਸ਼ੀਸ਼ਾ ਲਵਾਲੋ, ਜਾਲੀ ਲਵਾਲੋ, ਜੋ ਮਰਜ਼ੀ ਲਵਾਲੋ, ਹਨਾ? ਹਾਂਜੀ, ਇਹਦੇ ਚ ਇੱਥੇ ਸਾਰੇ ਡਾਊਨ ਸੀਲਿੰਗ ਹੋਣੀ ਹੈ ਜੀ, ਬਹੁਤ ਸੋਹਣਾ ਲੱਗਣਾ ਜੀ, ਇੱਥੇ ਵੀ ਡਾਊਨ ਸੀਲਿੰਗ ਹੋਣੀ ਹੈ, ਤੇ ਇਹ ਪੇਟੀ ਦੇ ਬੈਕ ਸਾਈਡ ਵਾਲਾ ਫਰੇਮ ਨੇ ਜੀ, ਤੇ ਫਰੰਟ ਵਾਲਾ ਫਰੇਮ ਤੁਹਾਨੂੰ ਇੱਕ ਤਾਂ ਦਿਖਾਤਾ ਜੀ, ਇਹਦੇ ਵਿੱਚ ਕਾਫੀ ਡਿਜ਼ਾਈਨ ਨੇ। ਠੀਕ ਹੈ ਜੀ, ਇਹ ਜਾਲੀਆਂ ਹਟਾ ਕੇ ਲਾਇਆ ਹੋਇਆ ਜੀ, ਮੇਰੇ ਜਾਲੀਆਂ ਲੱਗੀਆਂ ਜੀ, ਇਹ ਜਾਲੀਆਂ ਹਟਾ ਕੇ ਫਰੇਮ ਲੱਗ ਗਏ। ਇਹਦੀਆਂ ਫੋਟੋਆਂ ਲਾਵਾਂਗੇ ਦੋਸਤੋ ਵਿੱਚ ਆਪਾਂ, ਬਾਈ ਉਹਨਾਂ ਤੋਂ ਲੈ ਕੇ ਜਿਹੜੇ ਜਿਹੜੇ ਟਰੈਕਟਰਾਂ ਦੇ ਕੰਮ ਹੋਇਆ ਹੋਇਆ ਸੋਹਣਾ, ਤੇ ਤੁਹਾਨੂੰ ਜ਼ਰੂਰ ਉਹ ਵੀ ਦਿਖਾਵਾਂਗੇ। ਇਸ ਤੋਂ ਇਲਾਵਾ ਬਈ ਜੀ, ਇਸ ਤੋਂ ਇਹ ਆ ਗਈ ਜੀ 9-2 ਵਾਲੀ 16 ਇੰਚੀ ਦੇ ਵਿੱਚ। ਠੀਕ ਹੈ ਜੀ, ਆਪਾਂ 12 ਇੰਚੀ, ਆਪਾਂ 15 ਇੰਚੀ ਵੀ ਕਹਿ ਦਿੰਦੇ ਆ, ਸੋਰੀ, ਤੇ ਇਹ ਆਪਾਂ ਇਸੇ 16 ਇੰਚੀ ਹੈ, ਤੇ ਇਹਦੀ ਤਾਂ ਜੇ ਆਪਾਂ ਆਖੀਏ ਵੀ ਬੇਸ ਸਿਰਾ ਕੁਆਲਿਟੀ ਵੱਜਦੀ ਹੈ ਜੀ। ਜੀ
ਹਾਂ ਲੋਕ ਕਹਿੰਦੇ ਨਾ ਸਾਡੇ ਕੋਲ ਆ ਕੇ ਕਹਿੰਦਾ ਜੀ, ਕਈ ਵਾਰੀ ਕੋਈ ਕਸਟਮਰ ਕਹਿੰਦਾ ਬਾਈ ਬਾਈ 3 ਬੇਸਾਂ ਵਾਲਾ, ਬਾਈ 4 ਬੇਸਾਂ ਵਾਲਾ, ਤੇ ਜੇ ਸਾਡੇ ਕੋਲ ਵਾਲਾ 2 ਬੇਸਾਂ ਵਾਲਾ ਵੀ ਲਵਾ ਲੈਂਦਾ ਨਾ, ਉਹਦੀ ਪੂਰੀ ਸੰਤੁਸ਼ਟੀ ਹੋ ਜਾਂਦੀ। ਬਿਲਕੁਲ ਇਹ ਬਾਈ ਹਜੇ ਤੱਕ ਨਾ ਆਪਾਂ ਕੁਆਲਿਟੀ ਦੇ ਉੱਤੇ ਕੰਮ ਕਰਿਆ, ਤੇ ਜਿਹੜੀ ਚੀਜ਼ ਆਪਾਂ ਦੇਖਦੇ ਹਾਂ ਵੀ ਮੰਨ ਕੇ ਚੱਲ ਵੀ ਸਮਝ ਆਵੇ, ਤੇ ਬਾਜ ਦੀ ਤੇ ਬੇਸ ਕੁਆਲਿਟੀ ਆਪਾਂ ਜਿਹੜੀ ਆਪਾਂ ਸੁਣਦੇ ਹਾਂ ਇਹ ਚੀਜ਼ ਦਾ ਮੰਨ ਕੇ ਸਵਾਦ ਆਵੇ, ਕੱਲਾ ਖੋਰੂ ਨਾ ਪਵਾ ਹੋਵੇ। ਮੈਂ ਇੱਕ ਗੱਲ ਇਹੀ ਪੁੱਛਣੀ ਤੁਹਾਨੂੰ, ਮੇਰਾ ਹੁਣ ਦਫ਼ਤਰ ਜਿਵੇਂ ਚੌਂਕ 'ਚ ਤੁਹਾਡੇ ਵਾਂਗੂ ਇਹੀ ਰੋਡ ਜਾਂਦਾ ਵੱਡਾ, ਉੱਥੇ ਮੈਂ ਦੇਖਦਾ ਕਈ ਵਾਰ ਜਦੋਂ ਕੋਈ ਟਰੈਕਟਰ ਲਾ ਜਾਂਦਾ ਨਾ, ਐ ਸਮਝ ਆਉਂਦਾ ਗਾਣਾ, ਪਹਿਰਾ ਆਪ ਵੀ ਨਾਲ ਗਾਣਾ ਨੇ, ਕਈ ਵਾਰ ਕੱਲਾ ਰੌਲ ਗਦੌਲ ਚੱਲਦਾ ਰਹਿੰਦਾ, ਉਹਦੇ ਫਰਕ ਕੀ ਆ ਬਈ, ਉਹ ਚੀਜ਼ ਕੀ ਹੁੰਦੀ ਆ? ਉਹ ਚੀਜ਼ ਬਈ ਐ ਹੁੰਦੀ ਆ, ਇੱਕ ਤਾਂ ਚੀਜ਼ ਹੁੰਦੀ ਆ ਨਾ ਆਪਾਂ ਵੀ ਸਪੀਕਰ ਇਧਰੋਂ ਚੱਕ ਲਿਆ, ਕਿਸ ਤੋਂ ਚੱਕ ਲਿਆ, ਏਜੰਟ ਤੋਂ, ਡੈਕ ਆਪ ਹੋਰ ਏਜੰਟ ਤੋਂ ਚੱਕ ਲਿਆ, ਤੇ ਬਸ ਲਾ ਤਾਂ ਉਹ ਦੇਖਿਆ ਤਾਂ ਹੈ ਨਹੀਂ ਵੀ ਇਹਦੀ ਮੈਚਿੰਗ ਹੁੰਦੀ ਹੈ ਕਿ ਨਹੀਂ। ਅੱਛਾ ਜੀ, ਇਹਦੇ ਜਿਵੇਂ ਮੰਨ ਕੇ ਚੱਲ ਵੀ ਚੱਕਰ ਸਹੀ ਮਿਲ ਗਏ, ਮਤਲਬ ਏ ਪੁਆਇੰਟ ਵੇ ਪੁਆਇੰਟ ਉਹਦੀ ਲੱਗਣਾ ਜਿਵੇਂ ਉਹਵੇਂ ਖੂਨ ਲਾਉਂਦੇ ਨਹੀਂਗੇ ਵੀ ਚੱਕ ਕੇ ਜਿਹੜਾ ਤੇ ਜਿਹੜਾ ਲੱਗਿਆ ਉਹ ਵੀ ਲਾਤਾ। ਹਾਂ ਉਹ ਵੀ ਲਾਤਾ, ਉਹ ਹੁਣ ਬਾਸ ਸਹੀ ਬਣੇ ਜਾਂ ਨਾ ਬਣੇ ਜੀ, ਹੁਣ 2 ਸਪੀਕਰਾਂ ਨੇ ਆਵਾਜ਼, ਹੁਣ ਆਪਾਂ 2 ਜਣੇ ਦੋਨੇ ਜਣੇ ਇਕੱਠੇ ਬੋਲਣ ਲੱਗ ਗਏ ਤਾਂ ਸਮਝ ਉਹਨੂੰ ਆਉਣੀ ਨਹੀਂ, ਤੇ ਇਹਦੇ ਵਿੱਚ ਕੀ ਆ 2 ਸਪੀਕਰਾਂ ਨੇ ਵੀ ਕੀ 9 ਸਪੀਕਰਾਂ ਨੇ ਇਕੱਠਾ ਬੋਲਣਾ ਹੁੰਦਾ ਜੀ, ਇਕੱਠਾ ਬੋਲਣਾ ਪਿੱਛੇ ਲੱਗ ਜਾਂਦੀ ਆ, ਉੱਪਰ ਲੱਗ ਜਾਂਦੀ ਸਪੀਕਰ ਅਲੱਗ ਅਲੱਗ। ਠੀਕ ਆ ਬਾਈ ਜੀ, ਹਾਂਜੀ, ਤੇ ਬਾਈ ਜਿਹੜੇ ਹੁਣ ਆਪਣੇ ਨਾਲ ਜੁੜੇ ਹੋਏ ਨੇ ਦੋਸਤ, ਹਾਂਜੀ, ਉਹਨਾਂ ਲਈ ਫਿਰ ਕੋਈ ਆਫਰ ਵੀ ਦਿਓ, ਕਿਉਂਕਿ ਪ੍ਰੋਡਕਟ ਤੁਹਾਡੇ ਕੋਲ ਬਹੁਤ ਸੋਹਣਾ, ਕੁਆਲਿਟੀ ਬਹੁਤ ਸੋਹਣੀ ਆ, ਰੇਟ ਵੀ ਬਹੁਤ ਜਾਇਜ਼ ਆ। ਹਾਂ, ਕੁਆਲਿਟੀ ਦੇ ਹਿਸਾਬ ਨਾਲ ਰੇਟ ਆਪਣਾ ਜਮੀ ਜਾਇਜ਼ ਰੱਖਿਆ ਹੋਇਆ ਜੀ, ਤੇ ਕੋਈ ਹੁਣ ਫਿਰ ਆਫਰ ਵੀ ਦੇਈਏ ਆਪਣੇ ਦਰਸ਼ਕਾਂ ਨੂੰ ਜਿਹੜੇ ਦੇਖਣ ਵਾਲੇ ਜੁੜੇ, ਦਰਸ਼ਕਾਂ ਨੂੰ ਆਫਰ ਆਪਾਂ ਦੇ ਸਕਦੇ ਹਾਂ ਜੀ, ਆਹ ਆਪਾਂ ਫਰੇਮ ਜਿਹੜਾ ਇਹਦੀ ਤਕਰੀਬਨ ਕੀਮਤ ਆ ਜੀ 2500-3000 ਰੁਪਏ ਤੋਂ ਲੈ ਕੇ 16 ਇੰਚੀ ਦਾ ਫਰੇਮ ਆ ਜੀ। ਠੀਕ ਹੈ ਜੀ, ਤੇ ਇਹ ਆਫਰ ਦੇ ਵਿੱਚ ਆਪਾਂ ਇਹਦਾ ਐਕਸਟਰਾ ਪੈਸਾ ਕੋਈ ਨਹੀਂ ਲੈਣਾ, ਆਪਾਂ ਇਹ ਫਰੇਮ ਪੇਟੀ ਦੇ ਪਿੱਛੇ ਫ੍ਰੀ ਲਾ ਦੇ। ਆਪਣੀ ਵੀਡੀਓ ਦੇਖ ਕੇ ਆ ਗਿਆ ਮਿੱਤਰ, ਹਾਂਜੀ, ਮੰਨ ਲਓ ਉਹਨੂੰ ਆ ਪੇਟੀ ਦੇ ਵਿੱਚ ਇਹ ਫਰੇਮ ਫ੍ਰੀ ਚ ਲਾ ਕੇ ਦੇਵਾਂਗੇ। ਹਾਂਜੀ, ਠੀਕ ਹੈ ਜੀ, ਫਰੇਮ ਆ ਚਾਹੇ ਆਪਦੀ ਫੋਟੋ ਕਢਾ ਲਓ, ਹਾਂਜੀ, ਜੋ ਵੀ ਮਰਜ਼ੀ ਲਓ, ਜੋ ਮਰਜ਼ੀ ਫੋਟੋ ਲਿਆ ਵੇ ਆਪਣੇ ਕੋਲੇ, ਆਪਾਂ ਇਹਦੇ ਵਿੱਚ ਜੜ ਕੇ ਤੇ ਆ ਡਾਊਨ ਸੀਲਿੰਗ ਸਾਰੀ ਕਰਕੇ, ਜੇ 12 ਇੰਚੀ ਦੀ ਲਵਾਉਣੀ ਆ ਉਹ 12 ਇੰਚੀ ਦਾ ਫਰੇਮ ਹੈ, ਤੇ ਇਹ 15 ਇੰਚੀ ਦਾ ਫਰੇਮ। ਠੀਕ ਹੈ ਬਾਈ ਜੀ, ਤੇ ਜਿਵੇਂ ਬਾਈ ਦੋਸਤਾਂ ਦੀ ਇਹ ਵੀ ਡਿਮਾਂਡ ਹੁੰਦੀ ਵੀ ਜਿਵੇਂ ਡੈਕ ਸਾਰਾ ਵਿੱਚ ਇੱਕ ਉਹਦੇ ਵਿੱਚ ਕਰਤਾ ਪੇਟੀ। ਹਾਂਜੀ ਬਾਈ, ਇਹ ਓਵਲ ਪੇਟੀ ਬਾਈ ਦੀ ਆ ਜੀ, ਹੁੱਡ ਵਾਲੀ ਪੇਟੀ ਵੀ ਕਹਿ ਦਿੰਦੇ ਆ ਆਪਾਂ। ਹਾਂਜੀ, ਇਹਦੇ ਵਿੱਚ ਕੀ ਆ ਨਾ ਜੀ, ਹੁਣ ਵਾਲਾ ਫਾਈਬਰ ਦੀ ਛਤਰੀ ਦਾ ਲਵਾ ਲਿਆ ਆ, ਤੇ ਸੈੱਟ ਵੀ ਪਿੱਛੇ ਵੱਡਾ ਨਹੀਂ ਲਾਉਣਾ, ਤੇ ਸਾਈਡ ਤੇ ਬਕਸੇ ਲੱਗਦੇ ਜੀ, ਤੇ ਇਹ ਉਹ ਚੀਜ਼ ਆ ਜੀ ਵੀ ਛਤਰੀ ਦੇ ਉੱਪਰਲੇ ਪਾਸੇ ਮੁੱਦੇ ਲੋਟ ਲੱਗਦਾ ਜੀ ਇਹ। ਅੱਛਾ ਜੀ, ਹਾਂਜੀ, ਇਹ ਐਂਪ ਸਿਸਟਮ ਹੈਗਾ, ਇਹਦੇ ਵਿੱਚ 135 ਮੈਗਨੈਟ ਦਾ ਸਿਸਟਮ ਲੱਗਿਆ ਹੋਇਆਗਾ, ਤੇ ਇਹਦੇ ਵਿੱਚ ਡੈਕ ਲੱਗਿਆ ਹੋਇਆਗਾ, ਤੇ 4 ਵਾਲਾ ਇਹਦੇ ਨਾਲ ਐਂਪ ਲੱਗਿਆ ਹੋਇਆ ਸਿਸਟਮ। ਠੀਕ ਹੈ ਬਾਈ, ਹਾਂਜੀ, ਇਹਦੇ ਨਾਲ ਵੀ ਬਹੁਤ ਸੋਹਣੀ ਕੁਆਲਿਟੀ ਬਣਦੀ ਹੈ ਜੀ, ਨਾਲੇ ਪਿੱਛੇ ਦੇਖਣ ਦੀ, ਕਈ ਵਾਰੀ ਵਾਲਾ ਕਿਸੇ ਦੇ ਟਰੈਕਟਰ ਦੇ ਕੰਮ ਧੰਦਾ ਹੀ ਇਹੋ ਜਿਹਾ ਹੁੰਦਾ ਵੀ ਪਿੱਛੇ ਦੇਖਣਾ ਚਾਹੀਦਾ, ਬਾਰ ਬਾਰ ਪਿੱਛੇ ਦੇਖਣਾ ਹੀ ਪੈਂਦਾ। ਹਾਂਜੀ, ਤੇ ਇਹ ਉੱਪਰ ਲੱਗ ਜਾਂਦਾ ਜੀ, ਦੇਖਣ ਦੀ ਕੋਈ ਦਿੱਕਤ ਨਹੀਂ ਹੁੰਦੀ। ਠੀਕ ਹੈ, ਇਹ ਵੀ ਬਹੁਤ ਖਾਸ ਗੱਲ ਹੈ, ਮਤਲਬ ਜੋ ਵੀ ਤੁਹਾਨੂੰ ਕੁਐਰੀਆਂ ਆਉਂਦੀਆਂ ਸੀ ਲੋਕਾਂ ਦੇ ਸੁਝਾਅ ਆਉਂਦੇ ਸੀ, ਉਹਦੇ ਹਿਸਾਬ ਨਾਲ ਤਿਆਰ ਕਰੀਏ। ਹਾਂ ਹਾਂ ਬਾਈ, ਦੂਜੀ ਗੱਲ ਬਾਈ, ਅਸੀਂ ਸਾਡੇ ਕੋਲੋਂ ਸੈੱਟ ਵਾਲਾ ਲਵਾ ਕੇ ਵੀ ਲੈ ਜਾਂਦਾ, ਅਸੀਂ ਵਾਲੇ ਨੂੰ ਨਾ ਫੋਨ ਕਰਕੇ ਪੁੱਛਦੇ ਹਾਂ ਬਾਈ ਕੋਈ ਪ੍ਰੋਬਲਮ ਤਾਂ ਨਹੀਂ, ਜਾਂ ਕੋਈ ਸੈੱਟ ਦੇ ਵਿੱਚ ਕੋਈ ਪ੍ਰੋਬਲਮ ਹੈ, ਜਾਂ ਤੁਹਾਡੀ ਵੀ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਵਿਉਹ ਦਿਓ। ਹਾਂ, ਅਸੀਂ ਉਹ ਚੀਜ਼ ਦੇ ਗੱਲ ਨੋਟ ਕਰ ਲੈਣੀ ਹੈ ਵੀ ਆਹ ਚੀਜ਼ ਦੇ ਇੱਥੇ ਦਿੱਕਤ ਹੈ ਜਾਂ ਇੱਥੇ ਆਪਣੀ ਸਹੀ ਹੈ, ਤਾਂ ਉਹ ਚੀਜ਼ ਤੇ ਉੱਤੇ ਕੰਮ ਹੀ ਕਰਿਆ ਬਾਈ ਹੁਣ ਤੱਕ। ਠੀਕ ਹੈ ਬਾਈ, ਇਹ ਤਾਂ ਉਹੀ ਟਰੈਕਟਰਾਂ ਦੀ ਗੱਲ, ਹਾਂਜੀ, ਕਿਸੇ ਦੋਸਤ ਨੇ ਗੱਡੀ 'ਚ ਕੰਮ ਕਰਾਉਣਾ ਹੁੰਦਾ, ਹਾਂਜੀ, ਜਾਂ ਕਿਸੇ ਹੋਰ ਤਰ੍ਹਾਂ ਦੇ ਲਵਾਉਣੇ ਹੁੰਦੇ ਬਾਹਰ ਕਿਤੇ ਸਪੀਕਰ। ਹਾਂ ਬਾਈ, ਇੱਕ ਨਾਲ ਇਹ ਵੀ ਦੱਸ ਦਿਓ ਕੋਈ ਦੂਰ ਬੈਠਾ ਮਿੱਤਰ ਕੰਮ ਤੁਹਾਡਾ ਉਹਨੂੰ ਆ ਗਿਆ ਪਸੰਦ ਤਾਂ ਉਹਨੂੰ ਕੋਰੀਅਰ ਵੀ ਕਰਾ ਦਿੰਦੇ। ਹਾਂਜੀ, ਸਾਡੇ ਕੋਲ ਜੀ ਇੱਥੋਂ ਹਰਿਆਣਾ,
ਰਾਜਸਥਾਨ ਯੂਪੀ ਬਿਹਾਰ ਸਾਡੇ ਕੋਲ ਸੈੱਟ ਜਾਂਦੇ ਨੇ, ਅਸੀਂ ਸਾਡੇ ਕੋਲ ਉਹ ਬੁੱਕ ਕਰਵਾ ਦੇਣ ਠੀਕ ਹੈ। ਤੇ ਤਕਰੀਬਨ ਐਂ ਮੰਨ ਕੇ ਚੱਲੋ ਵੀ ਜ਼ਿਆਦਾ ਟਾਈਮ ਨਹੀਂ, ਸੀਜ਼ਨ ਦੇ ਵਿੱਚ ਤਾਂ ਚੱਲ ਥੋੜ੍ਹਾ ਚਿਰ ਆਪਾਂ ਕਹਿ ਸਕਦੇ ਹਾਂ ਵੀ ਹਫ਼ਤਾ 10 ਦਿਨ ਲੱਗ ਜਾਣਗੇ, ਹੁਣ ਤਾਂ ਕੋਈ ਜ਼ਿਆਦਾ ਨਹੀਂ, ਕੋਈ 5-4 ਦਿਨਾਂ ਦੇ ਅੰਦਰ ਅੰਦਰ ਅਸੀਂ ਸੈੱਟ ਹੋ ਜਾਂਦਾ ਤਿਆਰ ਕਰਕੇ ਅਗਲੇ ਦੇ ਮੁਤਾਬਕ। ਤੇ ਕੋਈ ਇਹਦੇ ਵਿੱਚ ਐਂ ਵੀ ਨਹੀਂ ਹੈਗਾ ਵੀ ਫਿੱਟ ਕਰਨਾ ਤਾਂ ਨਹੀਂ ਮਤਲਬ, ਹਾਂ ਕਸਟਮਰ ਕਹਿੰਦਾ ਵੀ ਫਿੱਟ ਕਿਵੇਂ ਕਰਾਂਗੇ ਅਸੀਂ ਆਪ, ਦੋ ਤਾਰਾਂ ਨੇ ਕਰੰਟ ਅਰਥ ਵਾਲੀਆਂ, ਉਹ ਆਪਾਂ ਅਣਜਾਣ ਤੋਂ ਅਣਜਾਣ ਬੰਦਾ ਵੀ ਲਾ ਸਕਦਾ ਠੀਕ ਹੈ। ਤੇ ਪੇਟੀ ਦੀ ਫਿਟਿੰਗ ਜਿਵੇਂ ਆਹ ਐਲਾਂ ਲੱਗੀਆਂ ਹੋਈਆਂ ਜੀ ਠੀਕ ਹੈ, ਆਹ ਐਲਾਂ ਅਸੀਂ ਲਾ ਕੇ ਵਾਲੇ ਨੂੰ ਦੇ ਦੇਣੀ ਹੈ ਤੇ ਜੂ ਦੇ ਵਿੱਚ ਜਾ ਕੇ ਪੈ ਜਾਣੀ ਹੈ, ਦੋ ਕਾਬਲੇ ਕਸਨੇ ਨੇ ਜੀ, ਦੋ ਤਰ੍ਹਾਂ ਕਰੰਟ ਅਰਥ ਵਾਲੀਆਂ ਲਾਉਣੀਆਂ ਨੇ ਤੇ ਮੋਨੋ ਵਾਲੀਆਂ ਸਾਰੀਆਂ ਪੱਤੀਆਂ ਬਣੀਆਂ ਹੋਈਆਂ ਉਹ ਦੋ ਕਾਬਲੇ ਕਸਨੇ ਜੀ ਠੀਕ ਹੈ ਬਾਈ। ਹਾਂਜੀ ਜ਼ਿਆਦਾ ਕੋਈ ਫਿਟਿੰਗ ਵਾਲਾ ਨਹੀਂ ਹੈਗਾ, ਜੇ ਆਪਣੇ ਕੋਲੋਂ ਕੋਈ ਵੀ ਵੀਰ ਦਰਸ਼ਕ ਆਪਣੇ ਕੋਲੋਂ ਮੰਗਾਉਣਾ ਚਾਹੁੰਦਾ ਆਨਲਾਈਨ ਹਨਾ, ਤੇ ਆਪਾਂ ਉਹਨੂੰ ਡਿਲੀਵਰੀ ਤਕਰੀਬਨ ਮੰਨ ਕੇ ਚੱਲੋ ਵੀ ਜੇ ਵਾਲਾ ਕਹਿੰਦਾ ਵੀ 5-4 ਕਿਲੋਮੀਟਰ ਦੂਰ ਜਿਵੇਂ ਹੁਣ ਇੱਥੋਂ ਬਠਿੰਡੇ ਭੇਜਣਾ ਜਾਂ ਫਰੀਦਕੋਟ, ਅਸੀਂ ਕੱਲ੍ਹ ਭੇਜ ਕੇ ਹਟੇ ਹਾਂ, ਉਹ ਫਰੀਦਕੋਟ ਤੋਂ 5-7 ਕਿਲੋਮੀਟਰ ਦੀ ਸਾਈਡ ਤੇ ਸੀ, ਉਹਨਾਂ ਨੂੰ ਕਹਿੰਦਾ ਸੀ ਵੀ ਫਰੀਦਕੋਟ ਤੋਂ ਬਈ ਤੁਸੀਂ ਆਪਦਾ ਸੈੱਟ ਲੈ ਕੇ ਲੈ ਜਾਓ ਠੀਕ ਹੈ। ਹਾਂਜੀ ਇੰਨਾ ਕੁ ਹੋ ਸਕਦਾ, ਤੇ ਬਾਕੀ ਭੇਜਣ ਦੀ ਕੋਈ ਦਿੱਕਤ ਨਹੀਂ, ਜਿੱਥੇ ਮਰਜ਼ੀ ਮੰਗਵਾ ਲਓ, ਬੇਸ਼ੱਕ ਬਾਹਰਲੇ ਦੇਸ਼ 'ਚ ਮੰਗਵਾ ਲਓ ਕਿਤੇ ਮਰਜ਼ੀ, ਤੇ ਅਸੀਂ ਉੱਥੇ ਭੇਜ ਦਾਂਗੇ। ਤੇ ਬਾਈ ਹੁਣ ਗੱਡੀਆਂ ਵਾਲੇ ਲਈ ਵੀ ਕੀ ਪ੍ਰੋਡਕਟ ਨੇ ਆਪਣੇ ਕੋਲ, ਕਿਹੜੇ ਕਿਹੜੇ ਆ, ਤੇ ਜੇ ਕੋਈ ਖਾਸ ਤਿਆਰ ਕਰਾਉਣਾ ਉਹ ਵੀ ਹੋ ਜਾਂਦਾ? ਹਾਂਜੀ ਗੱਡੀਆਂ ਵਾਸਤੇ ਬਾਈ ਅਸੀਂ ਆਹ ਬੇਸ ਟੂਬਾ ਤਿਆਰ ਕਰਦੇ ਆ ਠੀਕ ਹੈ ਜੀ, ਇਹਦੇ ਵਿੱਚ 8 ਇੰਚੀ ਤੋਂ ਲੈ ਕੇ 12 ਇੰਚੀ ਤੱਕ, 8 ਇੰਚੀ, 10 ਇੰਚੀ, 12 ਇੰਚੀ ਠੀਕ ਹੈ ਜੀ। ਹਾਂਜੀ ਇਹ ਅਸੀਂ ਗੱਡੀ ਦੇ ਵਿੱਚ ਆਲਾ ਕਹਿੰਦਾ ਵੀ ਟਰੈਕਟਰ ਦੇ ਤਾਂ ਬੇਸ ਬਣਾ ਲਈ, ਹੁਣ ਗੱਡੀ ਦੇ ਵਿੱਚ ਵੀ ਬਣਾ ਲਈ। ਤੇ ਇਹਦੀ ਕੁਆਲਿਟੀ ਬਈ ਜ਼ਿਆਦਾਤਰ ਤਾਂ ਇਹ ਨਾ ਬੇਸ ਟੂਬਾ ਆਉਂਦੀਆਂ ਨੇ ਚੈਣੀ, ਜੇ ਕੰਪਨੀ ਦੇ ਲੈਣੇ ਆ ਉਹਨਾਂ ਦੇ ਰੇਟ ਬਹੁਤ ਉੱਚੇ ਨੇ ਠੀਕ ਹੈ। ਤੇ ਜਿਹੜੀ ਚੱਲਣਾ ਪ੍ਰੋਡਕਟ ਆਪਣੇ ਕੋਲੇ, ਆਪਣੇ ਕੋਲੇ ਇਹ ਇਸ ਤਰ੍ਹਾਂ ਦੀ ਕੁਆਲਿਟੀ ਹੈ ਜੀ ਵੀ ਜੇ ਮੰਨ ਕੇ ਚੱਲ ਵੀ JBL ਸੋਨੀ ਆਪਾਂ ਉੱਚੇ ਬ੍ਰਾਂਡ ਦੇ ਜਿੰਨੇ ਵੀ ਹੈਗੇ ਨੇ 10,000 15,000 ਤੋਂ ਸਟਾਰਟਿੰਗ ਹੁੰਦੀ ਹੈ ਉਹਨਾਂ ਦੀ ਜੀ ਠੀਕ ਹੈ ਬਾਈ। ਤੇ ਇਹ ਕੁਆਲਿਟੀ ਉਹਨਾਂ ਦੇ ਬਰਾਬਰ ਦੀ ਹੈ ਜੀ। ਕੀ ਬਾਤ ਹੈ। ਹਾਂਜੀ ਤੇ ਲਓ ਵੀ ਦੋਸਤੋ, ਤੇ ਬਾਕੀ ਇਹਦੇ ਵਿੱਚ ਆਪਣੇ ਸਪੀਕਰ ਜਿੰਨੇ ਵੀ JBL ਸੋਨੀ ਜਿਹੜੇ ਵੀ ਸਪੀਕਰ ਗੱਡੀਆਂ ਦੇ ਵਿੱਚ ਟਾਕੀਆਂ 'ਚ ਲੱਗਣ ਵਾਲੇ ਹੁੰਦੇ ਨੇ ਜਾਂ ਵੀਡੀਓ ਪਲੇਅਰ ਲਵਾਉਣਾ ਹੈ, ਆਪਣੇ ਕੋਲ A to Z ਸਾਰਾ ਸਮਾਨ ਹੁੰਦਾ ਜੀ। ਸਾਰੇ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ। ਹਾਂਜੀ ਤੇ ਲਓ ਵੀ ਦੋਸਤੋ, ਜੇ ਤੁਸੀਂ ਕਹਿੰਦੇ ਹੁੰਦੇ ਨੇ ਆਪਣੇ ਮਿਊਜ਼ਿਕ ਸਿਸਟਮ ਦਾ ਸ਼ੌਂਕ ਹੈ, ਤਸੱਲੀ ਵਾਲਾ ਕੰਮ ਕਰਾਉਣਾ, ਤਾਂ ਬਾਈ ਹੋਰਾਂ ਦਾ ਬਹੁਤ ਗਾਰੰਟੀ ਵਾਲਾ, ਜਾਇਜ਼ ਰੇਟਾਂ ਤੇ ਚੰਗੀ ਕੁਆਲਿਟੀ ਦਾ ਬਾਈ ਹੋਰਾਂ ਦਾ ਕੰਮ ਹੈਗਾ ਤੇ ਬਹੁਤ ਸਫਾਈ ਨਾਲ ਕੰਮ ਕਰਦੇ ਆ। ਤੇ ਜਿਵੇਂ ਤੁਹਾਨੂੰ ਦੱਸਿਆ ਵੀ ਬਾਈ ਦਾ ਕੰਮ ਪੂਰਾ ਕੁਆਲਿਟੀ ਵਾਲਾ, ਬਾਈ ਦਾ ਨੰਬਰ ਸਕਰੀਨ ਤੇ ਦਿੱਤਾ, ਐਡਰੈਸ ਸਕਰੀਨ ਤੇ ਦਿੱਤਾ, ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਆ, ਜੋ ਵੀ ਜੇ ਕਹਿੰਦੇ ਹੁੰਦਾ ਚਾਹੇ 20 ਥਾਂ ਤੁਸੀਂ ਪਹਿਲਾਂ ਮਿਊਜ਼ਿਕ ਸਿਸਟਮ ਲਾਇਆ ਹੈਗਾ ਤੇ ਨਹੀਂ ਸਾਹਿਬ ਚਾਰੀ ਨਾ, ਤਾਂ ਇੱਕ ਵਾਰ ਸਿਰੇ ਨੂੰ ਮੌਕਾ ਜ਼ਰੂਰ ਦਿਓ, ਕਿਉਂਕਿ ਸਿਰੇ ਹੀ ਕੰਮ ਕਰਨਾ। ਧੰਨਵਾਦ ਦੋਸਤੋ, ਵੀਡੀਓ ਨੂੰ ਵੱਧ ਤੋਂ ਸ਼ੇਅਰ ਤੇ ਲਾਈਕ ਕਰੋ।